ਪੰਜਾਬ ਨਜ਼ੀਰ ਕਹੂੜ ਦੇ ਨਾਲ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਅਸਲਾਮ ਅਲੈਕੁਮ। ਪੰਜਾਬ ਦੀ ਤਾਰੀਖ ਵਿੱਚ ਅੱਜ ਤੋਂ 171 ਸਾਲ ਪਹਿਲਾਂ ਇੱਕ ਕਾਲਾ ਦਿਹਾੜਾ ਗੁਜ਼ਰਿਆ। ਪਤਾ ਨਹੀਂ ਕਿੰਨੇ ਲੋਕਾਂ ਨੂੰ ਯਾਦ ਹੈ ਜਾਂ ਨਹੀਂ। ਉਹ ਦਿਹਾੜਾ ਸੀ 29 ਮਾਰਚ 1849। ਇਹ ਉਹ ਦਿਨ ਸੀ ਜਿਸ ਦਿਨ ਆਜ਼ਾਦ ਖੁਦਮੁਖਤਾਰ ਪੰਜਾਬੀ ਰਿਆਸਤ ਖਤਮ ਹੋਈ, ਇਹਦੇ ਉੱਤੇ ਈਸਟ ਇੰਡੀਆ ਦਾ ਕਬਜ਼ਾ ਹੋਇਆ ਅਤੇ ਇਸ ਕਬਜ਼ੇ ਦੇ ਨਾਲ ਹੀ ਪੰਜਾਬ ਦੇ ਨਾਲ ਬਹੁਤ ਵੱਡੇ ਵੱਡੇ ਐਸੇ ਵਾਕਿਆਤ ਅਤੇ ਐਸੀਆਂ ਵਾਰਦਾਤਾਂ ਹੋਈਆਂ ਨੇ ਜਿਨ੍ਹਾਂ ਦੀ ਸਜ਼ਾ ਅੱਜ ਤੱਕ ਪੰਜਾਬ ਭੁਗਤ ਰਿਹਾ। ਇਸੇ 29 ਮਾਰਚ ਨੂੰ ਪੰਜਾਬੀ ਲੈਂਗੁਏਜ ਮੂਵਮੈਂਟ ਵੱਲੋਂ ਮੈਂ ਪੂਰੇ ਪੰਜਾਬ ਵਿੱਚ ਕਾਲਾ ਦਿਹਾੜਾ ਜਾਂ ਯੋਮੇ ਸਿਆ ਜਾਂ ਫਿਰ ਬਲੈਕ ਡੇ ਦੇ ਤੌਰ 'ਤੇ ਮਨਾਉਣ ਦਾ ਐਲਾਨ ਕੀਤਾ ਹੈ, ਜਿਹਦੇ ਵਿੱਚ ਤਕਰੀਬਨ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਸਿਆਸੀ ਤਨਜ਼ੀਮਾਂ ਨੇ, ਪੰਜਾਬੀ ਤਨਜ਼ੀਮਾਂ ਨੇ, ਉਹ ਹਿੱਸਾ ਲੈ ਰਹੀਆਂ ਨੇ। ਇਹ ਜਿਹੜਾ 29 ਮਾਰਚ 1849 ਦਾ ਦਿਨ ਹੈ, ਸਾਡੇ ਵਾਸਤੇ, ਪੰਜਾਬੀਆਂ ਵਾਸਤੇ ਇਹਦੀ ਬੜੀ ਅਹਿਮੀਅਤ ਹੈ। ਮਾਰਚ ਵਿੱਚ, ਮਾਰਚ ਦਾ ਜਿਹੜਾ ਮਹੀਨਾ ਹੈ, ਇਹਦੇ ਵਿੱਚ ਕੁਝ ਵੱਡੇ ਵਾਕਿਆਤ ਹੋਏ ਨੇ। ਜੇ ਜ਼ਰਾ ਅਸੀਂ ਪੰਜਾਬੀ ਅੱਖ ਦੇ ਨਾਲ ਆਪਣਾ ਪੰਜਾਬੀ ਕੈਲੰਡਰ ਦੇਖੀਏ, ਪੰਜਾਬ ਦੀ ਤਾਰੀਖ ਦੇਖੀਏ, ਤਾਂ ਮਾਰਚ ਦੇ ਮਹੀਨੇ ਵਿੱਚ ਕੁਝ ਐਸੇ ਵਾਕਿਆਤ ਹੋਏ ਨੇ ਜਿਹਦੀ ਵਜ੍ਹਾ ਤੁਸੀਂ ਇਸ ਮਾਰਚ ਦੇ ਮਹੀਨੇ ਨੂੰ ਇੱਕ ਜਬਰ ਦਾ ਮਹੀਨਾ, ਇੱਕ ਮਜ਼ਾਹਮਤ ਦਾ ਮਹੀਨਾ, ਇੱਕ ਕੁਰਬਾਨੀ ਦੇ ਮਹੀਨੇ ਦੇ ਤੌਰ 'ਤੇ ਅਸੀਂ ਯਾਦ ਰੱਖ ਸਕਦੇ ਹਾਂ। ਪਹਿਲਾ ਜਿਹੜਾ ਵਾਕਿਆ ਹੋਇਆ 29 ਮਾਰਚ ਨੂੰ, ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਫਾਲ ਆਫ ਲਾਹੌਰ ਦਰਬਾਰ। ਦੂਜਾ ਵਾਕਿਆ ਮਾਰਚ ਵਿੱਚ ਹੀ ਹੋਇਆ, ਉਹ 26 ਮਾਰਚ ਨੂੰ ਹੋਇਆ ਅਤੇ 26 ਮਾਰਚ 1599 'ਚ ਦੁੱਲਾ ਭੱਟੀ ਨੂੰ ਦਿੱਲੀ ਦੀ ਮੁਗਲ ਸਰਕਾਰ ਦੇ ਖਿਲਾਫ਼ ਬਗਾਵਤ ਕਰਨ ਦੇ ਜੁਰਮ ਵਿੱਚ ਲਾਹੌਰ ਵਿੱਚ ਫਾਹੀ ਦਿੱਤੀ ਗਈ। ਇਹ ਬਾਗੀ ਕਿਸਾਨਾਂ ਦਾ ਸਰਦਾਰ ਸੀ ਦੁੱਲਾ ਭੱਟੀ, ਅਤੇ ਇਹਨੇ ਦਿੱਲੀ ਸਰਕਾਰ ਦੇ ਖਿਲਾਫ਼ ਟੈਕਸਾਂ ਦੀ ਵਜ੍ਹਾ ਤੋਂ ਆਪਣਾ ਮਜ਼ਾਮਤ ਕੀਤੀ ਅਤੇ ਉਹ ਜਾਨ ਤੋਂ ਗਿਆ। ਉਸ ਤੋਂ ਬਾਅਦ ਜਿਹੜਾ ਤੀਜਾ ਵੱਡਾ ਵਾਕਿਆ ਹੋਇਆ ਪੰਜਾਬ ਵਿੱਚ ਹੀ ਹੋਇਆ, ਅਤੇ ਉਹ ਵੀ ਐਸਾ ਵਾਕਿਆ ਕਿ ਉਹਨੂੰ ਜਿੰਨੀ ਵਾਰੀ ਵੀ ਯਾਦ ਕਰੋ ਘੱਟ ਹੈ। ਉਹ 23 ਮਾਰਚ 1931 ਨੂੰ ਲਾਹੌਰ ਵਿੱਚ ਤਹਿਰੀਕੇ ਆਜ਼ਾਦੀ ਹਿੰਦ ਦੇ ਹੀਰੋ ਭਗਤ ਸਿੰਘ ਨੂੰ ਫਾਹੀ ਦਿੱਤੀ ਗਈ, ਉਹਦੇ ਸਾਥੀਆਂ ਸਮੇਤ। ਇਸੇ ਤਰ੍ਹਾਂ ਇੱਕ ਹੋਰ ਵਾਕਿਆ ਵੀ 23 ਮਾਰਚ ਨੂੰ ਹੋਇਆ। ਉਹ ਸੀ 23 ਮਾਰਚ ਨੂੰ ਪੂਰੇ ਹਿੰਦੁਸਤਾਨ ਦੇ ਮੁਸਲਮਾਨ ਇਕੱਠੇ ਹੋਏ ਇੱਥੇ ਆਪਣਾ ਲਾਹੌਰ 'ਚ, ਉੱਥੇ ਲਾਹੌਰ ਰੈਜ਼ੋਲਿਊਸ਼ਨ ਪਾਸ ਕੀਤਾ। ਉਸ ਲਾਹੌਰ ਰੈਜ਼ੋਲਿਊਸ਼ਨ ਵਿੱਚ ਜਿਹੜੀ ਕਰਾਰਦਾਦਾਂ, ਜਿਹੜੇ ਰੈਜ਼ੋਲਿਊਸ਼ਨ ਪਾਸ ਹੋਏ, ਉਹਨੂੰ ਬਾਅਦ 'ਚ ਅੱਗੇ ਤੁਰ ਕੇ ਇਹਨਾਂ ਨੇ ਕਰਾਰਦਾਦੇ ਪਾਕਿਸਤਾਨ ਦਾ ਨਾਂ ਦਿੱਤਾ। ਇਸ ਲਾਹੌਰ ਰੈਜ਼ੋਲਿਊਸ਼ਨ ਵਿੱਚ ਜੋ ਮੰਗਾਂ ਰੱਖੀਆਂ ਗਈਆਂ, ਉਹਦੇ ਨਤੀਜੇ ਵਿੱਚ ਪੰਜਾਬ ਵੰਡਿਆ ਗਿਆ ਅਤੇ ਪੰਜਾਬ ਦੀ ਵੰਡ ਵਿੱਚ 10 ਲੱਖ ਬੰਦਾ ਕਤਲ ਹੋਇਆ। ਸੋ ਤੁਸੀਂ ਜੇ ਵਾਕਿਆਤ ਨੂੰ ਜੋੜਦੇ ਜਾਓ, ਤਰਤੀਬ ਉਹਨਾਂ ਦੀ ਦੇਖਦੇ ਜਾਓ ਕਿ 23 ਮਾਰਚ ਨੂੰ ਜਿੰਨੇ ਵਾਕਿਆਤ, ਮਤਲਬ ਮਾਰਚ ਦੇ ਮਹੀਨੇ 'ਚ ਇਹ ਜਿੰਨੇ ਵਾਕਿਆਤ ਹੋਏ ਨੇ, ਇਹਨਾਂ ਸਾਰਿਆਂ ਨੇ ਬਰਾਹ ਰਾਸਤ ਡਾਇਰੈਕਟਲੀ ਪੰਜਾਬ ਦੀ ਤਾਰੀਖ ਦੇ ਉੱਤੇ ਅਸਰ ਪਾਇਆ ਅਤੇ ਇਹਦੀ ਜੜ੍ਹ ਜਿਹੜੀ ਉੱਤੇ, ਜੜ੍ਹ ਦੇ ਉੱਤੇ ਹਮਲਾ ਕੀਤਾ। ਇੱਕ ਪੰਜਾਬੀ ਜਿਹੜੀ ਸ਼ਨਾਖਤ ਸੀ, ਇੱਕ ਪੰਜਾਬ ਦਾ ਜਿਹੜਾ ਮੁੱਢ ਕਦੀਮ ਸੀ, ਅਤੇ ਜਿਹੜੀ ਪੰਜਾਬੀ ਰਿਆਸਤ ਜਿਹੜੀ ਪੰਜਾਬੀਆਂ ਨੇ ਰਣਜੀਤ ਸਿੰਘ ਦੀ ਉਹਦੇ ਵਿੱਚ ਸਰਦਾਰੀ ਵਿੱਚ ਕਾਇਮ ਕੀਤੀ, ਰਣਜੀਤ ਸਿੰਘ ਦੀ ਸਰਕਾਰ 'ਚ ਕਾਇਮ ਕੀਤੀ, ਜਦੋਂ ਉਹ ਖਤਮ ਹੋ ਗਈ ਅਤੇ ਉਸ ਤੋਂ ਬਾਅਦ ਪੰਜਾਬ ਵਿੱਚ ਵੀ ਬਹੁਤ ਸਾਰੇ ਮਸਲੇ ਉੱਠੇ। ਸੋ 29 ਮਾਰਚ ਨੂੰ ਅਸੀਂ ਇਸ ਲਈ ਕਾਲਾ ਦਿਹਾੜਾ ਜਾਂ ਬਲੈਕ ਡੇ ਦੇ ਤੌਰ 'ਤੇ ਮਨਾ ਰਹੇ ਹਾਂ ਕਿ ਉਸ ਦਿਨ ਪੰਜਾਬ ਨੂੰ ਜੋ ਫੜ ਲੱਗੇ, ਉਹ ਅੱਜ ਤੱਕ ਸੰਭਲੇ ਨਹੀਂ, ਉਹ ਅੱਜ ਤੱਕ ਮੁੱਕੇ ਨਹੀਂ, ਉਹਨਾਂ 'ਚੋਂ ਲਹੂ ਰਿਸਦਾ ਹੀ ਜਾ ਰਿਹਾ ਅਤੇ ਗੱਲ ਅੱਗਾਂ ਤੋਂ ਅੱਗਾਂ ਵੱਧਦੀ ਜਾ ਰਹੀ ਹੈ। ਸਾਡੀ ਅੱਜ ਦੀ ਗੱਲਬਾਤ ਦੇ ਵਿੱਚ ਜਿਹੜਾ ਮੁੱਢਲਾ ਨੁਕਤਾ ਹੈ, ਅਸੀਂ 29 ਮਾਰਚ 'ਤੇ ਗੱਲ ਕਰਨੀ ਕਿ 29 ਮਾਰਚ ਨੂੰ ਪੰਜਾਬ ਵਿੱਚ ਐਸਾ ਕੀ ਹੋਇਆ ਸੀ ਕਿ ਅੱਜ ਪੰਜਾਬ, ਉਹ ਪੰਜਾਬ ਕਿੱਧਰ ਨਜ਼ਰ ਨਹੀਂ ਆਉਂਦਾ ਜਿਹੜਾ 29 ਮਾਰਚ ਨੂੰ
ਸਾਡੇ ਕੋਲ ਮੌਜੂਦ ਸੀ 29 ਮਾਰਚ 1849 'ਚ। ਹੋਇਆ ਇਹ ਸੀ ਕਿ ਜਦੋਂ ਬਹੁਤ ਸਾਰਿਆਂ ਲੋਕਾਂ ਨੇ ਤਾਰੀਖ ਪੜ੍ਹੀ ਹੋਏਗੀ, ਬਹੁਤ ਸਾਰਿਆਂ ਲੋਕਾਂ ਨੇ ਇਹ ਗੱਲਾਂ ਸੁਣੀਆਂ ਹੋਣਗੀਆਂ, ਪਰ ਮੇਰਾ ਖਿਆਲ ਹੈ ਕੁਝ ਗੱਲਾਂ ਤੁਸੀਂ ਅੱਜ ਮੇਰੇ ਪ੍ਰੋਗਰਾਮ 'ਚ ਐਸੀਆਂ ਸੁਣੀਆਂ ਸੁਣੋਗੇ ਜਿਹੜੀਆਂ ਮੀਡੀਆ 'ਤੇ ਅੱਜ ਤੱਕ ਕਿਸੇ ਨੇ ਸ਼ੇਅਰ ਨਹੀਂ ਕੀਤੀਆਂ। ਉਹ ਮੈਂ ਮੇਰਾ ਖਿਆਲ ਹੈ ਪਹਿਲੀ ਵਾਰੀ ਗੱਲ ਕਰ ਰਿਹਾ, ਜਾਂ ਮਹਿਦੂਦ ਲੋਕਾਂ ਨੇ ਕਿੱਧਰ ਕਿਤਾਬਾਂ 'ਚ ਪੜ੍ਹਿਆ ਹੋਵੇ ਅਤੇ ਉਹਦੇ ਉਹ ਵੀ ਜਾਣਦੇ ਹੋਣਗੇ। ਗੱਲ ਇਹ ਕਿ ਜੇ 29 ਮਾਰਚ ਨੂੰ ਜਦੋਂ ਈਸਟ ਇੰਡੀਆ ਕੰਪਨੀ ਨੇ ਕਬਜ਼ਾ ਕੀਤਾ ਪੰਜਾਬ 'ਤੇ, ਲਾਹੌਰ ਦਰਬਾਰ ਸ਼ਾਹੀ ਕਿਲ੍ਹੇ ਲਾਹੌਰ ਸ਼ਾਮ ਨੂੰ ਇਹ ਉੱਥੇ ਇਵੈਂਟ ਹੋਇਆ, ਪੂਰੀ ਈਸਟ ਇੰਡੀਆ ਕੰਪਨੀ ਮੌਜੂਦ ਸੀ ਅਤੇ ਮਹਾਰਾਜਾ ਦਲੀਪ ਸਿੰਘ 6 ਸਾਲ ਦੀ ਉਮਰ 'ਚ ਇਹ ਸਰੰਡਰ ਲਿਖਿਆ ਸੀ, ਸਰੰਡਰ ਆਫ ਲਾਹੌਰ ਦਰਬਾਰ ਐਗਰੀਮੈਂਟ ਲਿਖ ਕੇ ਉਹਨਾਂ ਨੇ ਈਸਟ ਇੰਡੀਆ ਕੰਪਨੀ ਦੇ ਹਵਾਲੇ ਕੀਤਾ। ਪੰਜਾਬ ਦੀ ਜਿਹੜੀ ਸਲਤਨਤ ਸੀ, ਕਿੰਗਡਮ ਸੀ, ਉਹ ਖਤਮ ਹੋ ਗਈ। ਇਹਦੇ ਨਾਲ ਕੀ ਹੋਇਆ? ਇਹਦੇ ਨਾਲ ਇਹ ਹੋਇਆ ਕਿ ਈਸਟ ਇੰਡੀਆ ਕੰਪਨੀ ਨੇ ਸਿਰਫ ਪੰਜਾਬ ਹੀ ਟੇਕ ਓਵਰ ਨਹੀਂ ਕੀਤਾ, ਉਹਦੀ ਅਨੈਕਸੇਸ਼ਨ ਨਹੀਂ ਕੀਤੀ। ਪੰਜਾਬ ਟੇਕ ਓਵਰ ਕਰਨ ਤੋਂ ਬਾਅਦ ਈਸਟ ਇੰਡੀਆ ਕੰਪਨੀ ਨੇ ਸਭ ਤੋਂ ਪਹਿਲਾ ਹਮਲਾ ਪੰਜਾਬੀ ਜ਼ੁਬਾਨ ਦੇ ਉੱਤੇ ਕੀਤਾ। ਮੇਰੇ ਵਾਸਤੇ 29 ਮਾਰਚ ਬੇਸਿਕਲੀ ਪੰਜਾਬੀ ਜ਼ੁਬਾਨ ਦੇ ਕਤਲ ਦਾ ਵੀ ਦਿਹਾੜਾ। ਪੰਜਾਬ ਦੇ ਵਿੱਚ ਜਿਸ ਵਕਤ ਈਸਟ ਇੰਡੀਆ ਕੰਪਨੀ ਕਬਜ਼ਾ ਕੀਤਾ, ਇਸ ਈਸਟ ਇੰਡੀਆ ਕੰਪਨੀ ਦੇ ਨਾਲ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਉੱਤੇ ਹਮਲਾ ਕੀਤਾ ਸੀ, ਚੇਲੀਆਂਵਾਲਾ ਦਾ ਮੈਦਾਨ ਜੰਗ ਸੀ, ਉਸ ਤੋਂ ਬਾਅਦ ਆਪਣਾ ਗੁਜਰਾਤ ਦੀ ਲੜਾਈ ਜਿੱਥੇ ਆਖਰੀ ਜੰਗ ਸੀ, 1857 ਦੀ ਜੰਗੀ ਆਜ਼ਾਦੀ, ਰਾਏ ਅਹਿਮਦ ਖਰਲ ਸ਼ਹੀਦ ਨੇ ਜਿਹੜੀ ਮਜ਼ਾਮਤ ਕੀਤੀ, ਇਹ ਕੁਝ ਐਸੇ ਵਾਕਿਆ ਸੀ ਜਿਨ੍ਹਾਂ ਨੇ ਅੰਗਰੇਜ਼ ਨੂੰ ਮਜਬੂਰ ਕਰਤਾ ਕਿ ਇਸ ਕੌਮ ਦੀ ਜ਼ੁਬਾਨ ਜਦੋਂ ਤੱਕ ਨਾ ਖੋਈ ਗਈ, ਇਹਨੂੰ ਆਪਸ ਵਿੱਚ ਵੰਡਿਆ ਨਾ ਗਿਆ, ਇਹਦੇ ਵਿੱਚ ਪਾੜੇ ਨਾ ਪਾਏ ਗਏ, ਇਹਨਾਂ ਸਾਡੇ ਕੋਲੋਂ ਕਾਬੂ ਕੋਈ ਨਹੀਂ ਆਉਣਾ। ਸੋ ਈਸਟ ਇੰਡੀਆ ਕੰਪਨੀ ਨੇ ਪਹਿਲਾ ਹਮਲਾ ਪੰਜਾਬੀ ਜ਼ੁਬਾਨ 'ਤੇ ਕੀਤਾ। ਤਰੀਕਾਕਾਰ ਇਹ ਸੀ ਕਿ ਜਿੰਨੇ ਅਫਸਰ ਇੰਡੀਆ ਤੋਂ ਆਏ ਸਨ, ਅੰਗਰੇਜ਼ ਅਫਸਰ ਈਸਟ ਇੰਡੀਆ ਕੰਪਨੀ ਦੇ ਅਤੇ ਨਾਲ ਉਹਨਾਂ ਦੇ ਜਿਹੜੇ ਹਿੰਦੁਸਤਾਨੀ ਯੂਪੀ ਦੇ ਅਤੇ ਬੰਗਾਲੀ ਅਫਸਰ ਸਨ, ਇਹ ਸਾਰੇ ਹੀ ਤਕਰੀਬਨ ਉਰਦੂ ਬੋਲਦੇ ਸਨ। ਫੋਰਟ ਵਿਲੀਅਮ ਕਾਲਜ ਵਿੱਚ ਉਰਦੂ ਜ਼ੁਬਾਨ ਕਾਇਮ ਹੋ ਚੁੱਕੀ ਸੀ, ਉਹਦਾ ਕਾਇਦਾ ਅਤੇ ਕਿਤਾਬਾਂ ਅਤੇ ਮੁਨਸ਼ੀ ਨਾਲ ਲੈ ਕੇ ਪੰਜਾਬ 'ਚ ਆਏ ਸਨ, ਅਤੇ ਉਹ ਉਰਦੂ ਦੇ ਜਿਹੜੇ ਮਾਹਰੀਨ ਨੇ, ਲਸਾਨੀਆਤ ਨੇ, ਉਹ ਖੁਦ ਅੰਗਰੇਜ਼ ਬਣੇ ਸਨ ਉਹ ਨਾਲ। ਇਹਨਾਂ ਨੇ ਇਹ ਕੀਤਾ ਕਿ ਈਸਟ ਇੰਡੀਆ ਕੰਪਨੀ ਨੇ ਸਭ ਤੋਂ ਪਹਿਲਾਂ ਐਲਾਨ ਕਰ ਦਿੱਤਾ, ਪੂਰੇ ਪੰਜਾਬ 'ਚ ਹੋਕਾ ਦਿਵਾ ਦਿੱਤਾ ਕਿ ਜਿਹੜਾ ਬੰਦਾ ਤਲਵਾਰ ਜਾਂ ਬੰਦੂਕ ਵਾਪਸ ਕਰੇਗਾ ਉਹਨੂੰ ਏਕਾਨਾ ਇਨਾਮ ਦੇ ਸਨ, ਅਤੇ ਜਿਹੜਾ ਬੰਦਾ ਪੰਜਾਬੀ ਕਾਇਦਾ ਜਾਂ ਕਿਤਾਬ ਵਾਪਸ ਕਰੇਗਾ ਉਹਨੂੰ 6 ਆਨੇ ਇਨਾਮ ਦੇ ਸਨ। ਇਹ ਪੰਜਾਬੀ ਕਾਇਦਾ ਕਿਹੜਾ ਹੈ? ਜੇ ਤੁਹਾਨੂੰ ਯਾਦ ਹੋਵੇ, ਇਹ ਗੁਲਾਮ ਰਸੂਲ ਦਾ ਕਾਇਦਾ ਲਿਖਿਆ ਸੀ ਜਿਹੜਾ ਗੁਜਰਾਤ ਦਾ ਰਹਿਣ ਵਾਲਾ ਸੀ। ਇਹ ਪੰਜਾਬੀ ਕਾਇਦਾ ਕੋਈ ਪੰਜਾਬ 'ਚ ਉਸ ਜ਼ਮਾਨੇ 'ਚ ਪੜ੍ਹ ਲੈਂਦਾ ਸੀ ਅਤੇ ਉਹਨੂੰ ਪੜ੍ਹਿਆ ਲਿਖਿਆ ਮੰਨਿਆ ਜਾਂਦਾ ਸੀ, ਕਿਉਂਕਿ ਇਹਦੇ ਵਿੱਚ ਤਕਰੀਬਨ ਪੂਰਾ ਇਲਮ ਮੌਜੂਦ ਸੀ। ਅੱਛਾ, ਜਿਸ ਵੇਲੇ ਈਸਟ ਇੰਡੀਆ ਕੰਪਨੀ ਨੇ ਕਬਜ਼ਾ ਕੀਤਾ, ਉਸ ਵਕਤ ਪੰਜਾਬ 80% ਲਿਟਰੇਟ ਸੀ। ਪੰਜਾਬ ਦਾ ਜਿਹੜਾ ਲਿਟਰੇਸੀ ਰੇਟ ਹੈਗਾ, ਸ਼ਰ੍ਹੇ ਖਾਂਦਗੀ, ਉਹ ਪੂਰੇ ਇੰਡੀਆ ਤੋਂ ਵੱਧ ਸੀ, ਸੋ ਮਚ ਸੋ ਕਿ ਯੂਰਪ ਤੋਂ ਵੀ ਵੱਧ ਸੀ। ਸੋ ਇਹਨਾਂ ਨੇ ਜਦੋਂ ਇਨਾਮ ਦਾ ਐਲਾਨ ਕਰ ਦਿੱਤਾ ਅਤੇ ਨਾਲ ਹੀ ਈਸਟ ਇੰਡੀਆ ਕੰਪਨੀ ਦੇ ਜਿਹੜੇ ਅੰਗਰੇਜ਼ ਅਫਸਰ ਸਨ, ਹਿੰਦੁਸਤਾਨੀ ਯੂਪੀ ਦੇ ਅਫਸਰ ਸਨ, ਇਹਨਾਂ ਨੇ ਇਹਨਾਂ ਪੰਜਾਬੀ ਕਾਇਦੇ ਅਤੇ ਕਿਤਾਬਾਂ ਦੇ ਛਕੜਿਆਂ ਦੇ ਛਕੜੇ ਭਰ ਕੇ ਪੂਰੇ ਪੰਜਾਬ 'ਚੋਂ ਇਕੱਠੇ ਕੀਤੇ, ਮਤਲਬ ਹਰ ਸ਼ਹਿਰ 'ਚੋਂ, ਸਿਰਫ ਲਾਹੌਰ ਨਹੀਂ, ਮੁਲਤਾਨ, ਬਹਾਵਲਪੁਰ, ਇੱਧਰ ਆਪਣਾ ਮੀਆਂ ਅਲੀ, ਖੁਸ਼ਾਬ, ਉੱਧਰ ਈਸਟ ਪੰਜਾਬ ਵਿੱਚ ਸਾਰੇ ਅੰਮ੍ਰਿਤਸਰ, ਹਰ ਜਗ੍ਹਾ 'ਤੇ ਜਿੱਥੇ ਇਹਨਾਂ ਨੂੰ ਪੰਜਾਬੀ ਕਿਤਾਬਾਂ ਮਿਲੀਆਂ, ਇਹਨਾਂ ਨੇ ਛਕੜਿਆਂ ਦੇ ਛਕੜੇ ਭਰ ਕੇ ਇਕੱਠੇ ਕੀਤੇ ਅਤੇ ਉਹਨਾਂ ਨੂੰ ਸਾੜਿਆ। ਇਹ ਜਦੋਂ ਪੰਜਾਬੀ ਕਿਤਾਬਾਂ ਸਾੜਨ ਦੀ ਮੁਹਿੰਮ ਸ਼ੁਰੂ ਹੋਈ, ਇਹ ਬੇਸਿਕਲੀ ਪੰਜਾਬੀ ਜ਼ੁਬਾਨ ਨੂੰ ਖਤਮ ਕਰਨ ਦੀ ਮੁਹਿੰਮ ਸੀ। ਉਹਦੇ ਨਾਲ ਐਲਾਨ ਵਿੱਚ ਇਹ ਵੀ ਸ਼ਾਮਿਲ ਸੀ ਕਿ ਜਿਹੜਾ ਪੰਜਾਬੀ ਕਾਇਦੇ ਦੇ ਕਿਤਾਬਾਂ ਵਾਪਸ ਕਰੇਗਾ ਉਹਨੂੰ ਉਰਦੂ ਦਾ ਕਾਇਦਾ ਅਤੇ ਉਰਦੂ ਦੀ ਤਾਲੀਮ, ਉਰਦੂ ਜ਼ੁਬਾਨ ਦੀ ਤਾਲੀਮ ਮੁਫਤ 'ਚ ਮਿਲੇਗੀ। ਇਸ ਤਰ੍ਹਾਂ ਜਿਹੜਾ 29 ਮਾਰਚ ਦਾ ਦਿਹਾੜਾ ਹੈ, ਉਹ ਪੰਜਾਬ ਵਿੱਚ ਪੰਜਾਬੀ ਜ਼ੁਬਾਨ ਦੀ ਜੜ ਮਾਰਨ ਦਾ ਵੀ ਇੱਕ ਦਿਹਾੜਾ ਹੈ, ਅਤੇ ਨਾਲ ਹਿੰਦੂ ਮੁਸਲਿਮ ਅਤੇ ਸਿੱਖ ਨੂੰ ਪੰਜਾਬੀ ਨੂੰ ਆਪਸ ਵਿੱਚ ਪਾੜਨ ਦਾ ਵੀ ਇੱਕ ਦਿਨ ਹੈਗਾ ਕਿ ਇਸ ਦਿਨ ਨੂੰ ਸਿੱਖਾਂ ਦੇ ਨਾਲ ਪੰਜਾਬੀ ਜ਼ੁਬਾਨ ਨੂੰ ਅਟੈਚ ਕਰਕੇ ਅਤੇ ਮੁਸਲਮਾਨਾਂ ਦੇ ਦਿਲਾਂ ਵਿੱਚ ਆਪਣੀ ਮਾਂ ਬੋਲੀ ਦੇ ਖਿਲਾਫ ਨਫ਼ਰਤ ਪੈਦਾ ਕੀਤੀ ਗਈ। ਅੰਗਰੇਜ਼ ਅਫਸਰ ਇਹ ਆਖਦੇ ਸਨ ਕਿ ਜਿਹੜੀ ਪੰਜਾਬੀ ਇਹ ਸਿੱਖਾਂ ਦੀ ਜ਼ੁਬਾਨ ਹੈ ਅਤੇ ਮੁਸਲਮਾਨਾਂ ਦੀ ਜ਼ੁਬਾਨ ਉਰਦੂ ਹੈ। ਇਸ ਤਰ੍ਹਾਂ ਪੰਜਾਬੀਆਂ ਵਿੱਚ ਨਫ਼ਰਤ ਪੈਦਾ ਕੀਤੀ ਗਈ। ਸੋ ਅੱਗੇ ਜਾ ਕੇ ਇਹੀ ਨਫ਼ਰਤ ਜਦੋਂ ਪਾਕਿਸਤਾਨ ਬਣਿਆ,
ਇਹੀ ਫਾਰਮੂਲਾ ਜਦੋਂ ਤਹਿਰੀਕੇ ਪਾਕਿਸਤਾਨ ਚੱਲੀ, ਮੁਸਲਿਮ ਲੀਗ ਜਿਹਦੇ ਵਿੱਚ ਮੈਜੋਰਟੀ ਅਲੀਗੜ੍ਹ ਅਤੇ ਆਪਣਾ ਯੂ ਪੀ ਵਾਲਿਆਂ ਦੀ ਮੁਸਲਿਮ ਲੀਗ ਨੂੰ ਜਿਹੜੇ ਲੀਡ ਕਰ ਰਹੇ ਸਨ, ਚਲਾ ਰਹੇ ਸਨ, ਉਹਨਾਂ ਨੇ ਇਹੀ ਨਾਰਾ ਫਿਰ ਆਪਣਾ ਵਰਤਿਆ ਆਪਣੇ ਮਫਾਦ ਵਿੱਚ, ਪੰਜਾਬੀ ਜ਼ੁਬਾਨ ਨੂੰ ਖਤਮ ਕਰਨ ਵਾਸਤੇ, ਕਿ ਮੁਸਲਮਾਨਾਂ ਦੀ ਜ਼ੁਬਾਨ ਉਰਦੂ ਹੈ ਅਤੇ ਸਿੱਖਾਂ ਦੀ ਜ਼ੁਬਾਨ ਪੰਜਾਬੀ ਹੈ। ਸੋ ਤਹਿਰੀਕੇ ਪਾਕਿਸਤਾਨ ਵਿੱਚ ਹੀ ਪੰਜਾਬੀ ਜ਼ੁਬਾਨ ਨੂੰ ਨਾਕਆਊਟ ਕਰਤਾ ਗਿਆ। ਜਦੋਂ ਪਾਕਿਸਤਾਨ ਬਣ ਗਿਆ ਤਾਂ ਉਦੋਂ ਪੰਜਾਬ ਵਿੱਚ ਕੋਈ ਬੰਦਾ ਐਸਾ ਨਹੀਂ ਸੀ ਜਿਹੜਾ ਇਹ ਮਹਿਸੂਸ ਕਰਦਾ ਕਿ ਨਹੀਂ, ਸਾਡੀ ਜ਼ੁਬਾਨ ਤਾਂ ਆਪਣੀ ਹੈ ਅਤੇ ਪੰਜਾਬ ਨੂੰ ਆਪਣੀ ਜ਼ੁਬਾਨ ਮਿਲਣੀ ਚਾਹੀਦੀ। ਬੰਗਾਲੀਆਂ ਨੇ ਇਹ ਸਾਰਾ ਜਿਹੜਾ ਮਾਮਲਾ ਸਮਝ ਲਿਆ, ਉਹਨਾਂ ਨੇ ਮਜ਼ਾਮਤ ਕੀਤੀ, ਆਪਣੀ ਜ਼ੁਬਾਨ ਵੀ ਬਚਾ ਲਈ, ਆਪਣਾ ਮੁਲਕ ਵੀ ਵੱਖਰਾ ਬਣਾ ਲਿਆ। ਲੇਕਿਨ ਪੰਜਾਬ ਵਿੱਚ ਅੱਜ ਤੱਕ ਇਹ ਸਿਲਸਿਲਾ ਚੱਲ ਰਿਹਾ ਜਿਹੜਾ ਈਸਟ ਇੰਡੀਆ ਕੰਪਨੀ ਨੇ ਸ਼ੁਰੂ ਕੀਤਾ ਹੈ। ਈਸਟ ਇੰਡੀਆ ਕੰਪਨੀ ਦਾ ਸ਼ੁਰੂ ਕੀਤਾ ਹੈ ਜਿਹੜਾ ਇਹ ਪੰਜਾਬੀ ਜ਼ੁਬਾਨ ਦੀ ਲਿਸਾਨੀ ਅਤੇ ਨਸਲੀ ਲਿਸਾਨੀ ਨਸਲ ਕੁਸ਼ੀ ਸੀ, ਇਹ ਕਿਸੇ ਤਰ੍ਹਾਂ ਰੁਕਣ 'ਚ ਨਹੀਂ ਆ ਰਹੀ। ਮੈਂ ਚਾਰ ਵਾਕਿਆਤ ਦਾ ਜ਼ਿਕਰ ਕੀਤਾ ਤੁਹਾਡੇ ਸਾਹਮਣੇ, ਲੇਕਿਨ ਜਿਹੜੀ ਇਹ ਟ੍ਰੇਜਡੀ ਹੋਈ ਅਤੇ 29 ਮਾਰਚ ਵਾਲੀ, ਇਹਦੇ ਬਾਰੇ 'ਚ ਅਸੀਂ ਇਸ ਵਾਸਤੇ ਪੰਜਾਬ ਦੇ ਲੋਕਾਂ 'ਚ ਅਵੇਅਰਨੈਸ ਲਿਆਉਣ ਵਾਸਤੇ, ਪੰਜਾਬੀ ਅਕਸਰੀਅਤ ਨੂੰ, ਜਿਹੜੀ ਪੰਜਾਬ ਦੀ ਕੋਈ ਤਕਰੀਬਨ ਪਾਕਿਸਤਾਨ ਦੀ 60% ਆਬਾਦੀ, ਉਹਦੇ ਵਿੱਚ ਅਵੇਅਰਨੈਸ ਜਾਗਰਤੀ ਲਿਆਉਣ ਵਾਸਤੇ ਅਸੀਂ ਇਸ ਦਿਹਾੜੇ ਨੂੰ ਯੋਮੇ ਸਿਆਹ ਦੇ ਤੌਰ 'ਤੇ, ਕਾਲਾ ਦਿਹਾੜਾ ਦੇ ਤੌਰ 'ਤੇ ਅਤੇ ਆਪਣਾ ਬਲੈਕ ਡੇ ਦੇ ਤੌਰ 'ਤੇ ਮਨਾਉਣ ਦਾ ਐਲਾਨ ਕੀਤਾ ਹੈ। ਅਤੇ ਇਸ ਪਾਸੇ ਜਿਹੜੀ ਦੂਜੀ ਗੱਲ ਹੈ, ਸਾਡੇ ਕੋਲ 29 ਮਾਰਚ ਨੂੰ ਪੰਜਾਬੀਆਂ ਨੇ ਪੰਜਾਬ ਹੀ ਨਹੀਂ ਗਵਾਇਆ ਬਲਕਿ ਨਾਲ ਪੰਜਾਬੀ ਜ਼ੁਬਾਨ ਵੀ ਗਵਾ ਦਿੱਤੀ। ਪੰਜਾਬ ਦੇ ਟੋਟੇ ਹੋਏ, ਉਸ ਤੋਂ ਬਾਅਦ ਇੰਡੀਆ ਜੀ ਪੰਜਾਬ ਦੇ ਹੋਰ ਆਪਣਾ ਤਕਸੀਮ ਹੋਈ, ਨਾਲ ਪਾਕਿਸਤਾਨ ਵਿੱਚ ਹੁਣ ਇੱਥੇ ਤਕਸੀਮ ਦੀਆਂ ਸਾਰੀਆਂ ਗੱਲਾਂ ਹੋ ਰਹੀਆਂ ਨੇ। ਇਹਦੇ ਪਿੱਛੇ ਕਹਾਣੀ ਕੀ ਹੈ, ਪੰਜਾਬ ਨੂੰ ਖਤਮ ਕਰਨ ਦੇ ਪਿੱਛੇ ਕਹਾਣੀ ਕੀ ਹੈ, ਮੈਂ ਇਸ ਦੇ ਬਾਰੇ 'ਚ ਅੱਜ ਨਿਤਾਰਾ ਕਰਨਾ ਚਾਹ ਰਿਹਾ ਕਿ ਐਸੀ ਕੀ ਵਜ੍ਹਾ ਸੀ ਕਿ ਜਿਹੜਾ ਅੰਗਰੇਜ਼ ਹੈ ਉਹਨੇ ਪੰਜਾਬੀ ਜ਼ੁਬਾਨ ਨੂੰ ਖਤਮ ਕਰਨ ਵਾਸਤੇ, ਈਸਟ ਇੰਡੀਆ ਕੰਪਨੀ ਨੇ ਪੰਜਾਬੀ ਜ਼ੁਬਾਨ ਨੂੰ ਖਤਮ ਕਰਨ ਵਾਸਤੇ ਇੱਕ ਬਹੁਤ ਮੁਨਜ਼ਮ ਮੁਹਿੰਮ ਚਲਾਈ। ਇਸ ਮੁਹਿੰਮ ਦੇ ਪਿੱਛੇ ਪੰਜਾਬੀ ਜ਼ੁਬਾਨ ਦਾ ਖਿਲਾਰ ਹੈ। ਪੰਜਾਬੀ ਜ਼ੁਬਾਨ ਜਿਹੜੀ ਹੈ ਇਹ ਸਿਰਫ ਚੜ੍ਹਦੇ ਜਾਂ ਲਹਿੰਦੇ ਪੰਜਾਬ ਦੀ ਜ਼ੁਬਾਨ ਨਹੀਂ, ਇਹ ਜ਼ੁਬਾਨ ਜਿਹੜੀ ਹੈ ਪੂਰੇ ਇਸ ਵਕਤ ਮੌਜੂਦਾ ਪਖਤੂਨਖਾ ਹਜ਼ਾਰਾ ਪਖਤੂਨਖਾ ਸੂਬੇ ਦੀ, ਹਿੰਦਕੋ ਅਤੇ ਆਪਣਾ ਡੇਰਾ ਇਸਮਾਇਲ ਖਾਨ ਦੀ ਜ਼ੁਬਾਨ ਸੀ। ਇੱਧਰ ਪਾਕਿਸਤਾਨੀ ਆਜ਼ਾਦ ਕਸ਼ਮੀਰ 'ਚ ਪੰਜਾਬੀ ਦੇ ਲਹਿਜੇ ਬੋਲੇ ਜਾਂਦੇ ਨੇ, ਉੱਧਰ ਇੰਡੀਆ ਦੇ ਸਰਹੱਦ ਪਾਰ ਕਰੋ ਵਾਹਗਾ ਪਾਰ, ਈਸਟ ਪੰਜਾਬ ਸਾਰਾ ਪੰਜਾਬੀ ਹੈ, ਹਰਿਆਣਾ ਹਿਮਾਚਲ ਪ੍ਰਦੇਸ਼ ਦੀ ਆਪਸ ਜਿਹੜੀ ਜ਼ੁਬਾਨ ਹੈ ਮੈਜੋਰਟੀ ਪੰਜਾਬੀ ਹੈ ਜਾਂ ਪੰਜਾਬੀ ਲਹਿਜਾ ਬੋਲਦੇ ਨੇ। ਉਸ ਤੋਂ ਬਾਅਦ ਜੰਮੂ ਕਸ਼ਮੀਰ ਚਲੇ ਜਾਓ, ਉੱਥੇ ਪਹਾੜੀ ਸਾਰਾ ਮਤਲਬ ਪੰਜਾਬੀ ਜ਼ੁਬਾਨ ਮੌਜੂਦ ਹੈ। ਦਿੱਲੀ ਪੰਜਾਬੀ ਸ਼ਹਿਰ ਸੀ ਜਦੋਂ ਤੱਕ ਇਹ ਐਨੈਕਸ ਨਹੀਂ ਹੋਇਆ, ਸੋ ਮਚ ਸੋ ਕਿ ਅਕਬਰ ਜਿਹੜਾ 14 ਸਾਲ ਪੰਜਾਬ 'ਚ ਲਾਹੌਰ ਬੈਠਾ ਰਿਹਾ ਉਹ ਵੀ ਪੰਜਾਬੀ ਬੋਲਣਾ ਸ਼ੁਰੂ ਕਰ ਗਿਆ ਸੀ। ਜਦੋਂ ਉਹਦਾ ਦੁੱਲੇ ਨਾਲ ਡਾਇਲੋਗ ਹੋਇਆ, ਦੁੱਲੇ ਅਤੇ ਭੱਟੀ ਨੂੰ ਫਾਹੀ ਮਿਲਣ ਤੋਂ ਪਹਿਲੇ, ਅਤੇ ਦੁੱਲਾ ਭੱਟੀ ਅਤੇ ਅਕਬਰ ਦੋਵੇਂ ਆਪਸ ਵਿੱਚ ਪੰਜਾਬੀ 'ਚ ਗੱਲ ਕਰ ਰਹੇ ਸਨ। ਇਹ ਵੀ ਤਾਰੀਖ ਦਾ ਹਿੱਸਾ ਹੈ, ਇਸ ਜ਼ੁਬਾਨ ਦੀ ਤਾਕਤ ਤੁਸੀਂ ਦੇਖੋ। ਸੋ ਮਚ ਸੋ ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਜੰਮੂ ਕਸ਼ਮੀਰ, ਈਸਟ ਪੰਜਾਬ, ਰਾਜਸਥਾਨ, ਪਾਰਟਸ ਆਫ ਰਾਜਸਥਾਨ, ਇੱਧਰ ਪੂਰਾ ਚੜ੍ਹਦਾ ਲਹਿੰਦਾ ਪੰਜਾਬ ਅਤੇ ਹਜ਼ਾਰਾ, ਇਹ ਸਾਰਾ ਇਲਾਕਾ, ਸੂਬਾ ਸਰਹੱਦ ਕੋਈ ਨਾਂ ਨਿਸ਼ਾਨ ਨਹੀਂ ਸੀ ਇਹਨਾਂ ਦਾ, ਇਹ ਸਾਰਾ ਇਲਾਕਾ ਜਿਹੜਾ ਇਹ ਪੰਜਾਬੀ ਬੋਲਣ ਵਾਲਾ ਇਲਾਕਾ ਸੀ। ਇਸ ਸਾਰੇ ਇਲਾਕੇ ਵਿੱਚ ਪੰਜਾਬੀ ਜ਼ੁਬਾਨ ਦੇ ਤਕਰੀਬਨ 32 ਲਹਿਜੇ ਬੋਲੇ ਜਾ ਰਹੇ ਨੇ। ਹੁਣ ਅੰਗਰੇਜ਼ਾਂ ਨੇ ਸੋਚਿਆ ਕਿ ਇਸ ਜ਼ੁਬਾਨ ਦਾ ਇੰਨਾ ਵੱਡਾ ਖਿਲਾਰ ਹੈ, ਮਤਲਬ ਇਹ ਸ਼ੁਰੂ ਹੁੰਦੀ ਹੈ ਉੱਥੋਂ ਪਿਸ਼ੌਰ ਤੋਂ ਲੈ ਕੇ ਜਮਨਾ ਦੇ ਕੰਢਿਆਂ ਤਾਈਂ, ਅਤੇ ਇੱਧਰੋਂ ਸਾਦਕਾਬਾਦ ਤੋਂ ਲੈ ਕੇ ਜੰਮੂ ਕਸ਼ਮੀਰ ਚੀਨ ਤੱਕ ਖਿੰਡਰੀਏ, ਜੰਮੂ ਕਸ਼ਮੀਰ ਇਹ ਸਾਰਾ ਇਲਾਕਾ ਅਗਰ ਪੰਜਾਬੀ ਹੈ, ਜੇ ਅਗਰ ਇਹਦੇ ਵਿੱਚ ਪੰਜਾਬੀ ਜ਼ੁਬਾਨ ਅਸੀਂ ਲਾਗੂ ਕਰ ਦਿੱਤੀ ਤਾਂ ਇਹ ਤਾਂ ਐਸੇ ਲੋਕ ਨੇ, ਅੱਗੇ ਸਾਡੇ ਨਾਲ ਜੰਗਾਂ ਹੋ ਚੁੱਕੀਆਂ ਨੇ, ਇਹ ਤਾਂ ਕਾਬੂ ਨਹੀਂ ਆਉਣ ਲੱਗੇ, ਪੰਜਾਬੀ 'ਤੇ ਕਾਬੂ ਨਹੀਂ ਆਉਣ ਲੱਗੇ। ਲਿਹਾਜ਼ਾ ਫੈਸਲਾ ਹੋਇਆ ਕਿ ਇਸ ਪੰਜਾਬੀ ਜ਼ੁਬਾਨ ਨੂੰ ਖਤਮ ਕੀਤਾ ਜਾਏ। ਇਹ ਕਹਾਣੀ ਸੀ ਇਸ ਪੰਜਾਬੀ ਜ਼ੁਬਾਨ ਨੂੰ ਖਤਮ ਕਰਨ ਦੀ। ਪਿੱਛੇ ਜੰਗਾਂ ਜਿਹੜੀਆਂ ਆਪਣਾ ਪੰਜਾਬੀ ਫੌਜ ਨੇ, ਖਾਲਸਾ ਫੌਜ ਨੇ, ਖਾਲਸਾ ਆਰਮੀ ਨੇ, ਪੰਜਾਬੀਆਂ ਨੇ ਲੜੀ, ਇਹ ਵੀ ਮੈਂ ਗੱਲ ਇਸ ਗੱਲ ਦਾ ਵੀ ਨਿਤਾਰਾ ਕਰਦਾ ਚੱਲਾਂ ਕਿ ਜਿਹੜਾ ਪ੍ਰੋਪਗੰਡਾ ਕੀਤਾ ਜਾਂਦਾ ਕਿ ਰਣਜੀਤ ਸਿੰਘ ਦੀ ਰਿਆਸਤ ਜਿਹੜੀ ਸੀ ਪੰਜਾਬੀ ਰਿਆਸਤ ਅਤੇ ਸਿੱਖਾਂ ਦੀ ਰਿਆਸਤ ਸੀ, ਐਸੀ ਕੋਈ ਗੱਲ ਨਹੀਂ ਹੈ। ਇਹਦੇ ਵਿੱਚ ਸਾਰੇ ਪੰਜਾਬੀ, ਸਿੱਖ, ਮੁਸਲਮਾਨ ਸਾਰੇ ਸ਼ਾਮਿਲ ਸਨ, ਹਿੰਦੂ ਵੀ ਸ਼ਾਮਿਲ ਸਨ, ਸੋ ਮਚ ਸੋ ਕਿ ਅਫਗਾਨਿਸਤਾਨ ਤੱਕ ਦੇ ਪਠਾਨਵੀ ਦੇ ਸਪੋਰਟਰ ਸਨ, ਪਸ਼ਤੂਨ ਵੀ ਸਪੋਰਟਰ ਸਨ, ਇੱਕ ਸੈਕੂਲਰ ਰਿਆਸਤ ਸੀ। ਸੋ ਇਸ ਰਿਆਸਤ ਨੂੰ ਖਤਮ ਕਰਨ ਵਾਸਤੇ ਜੋ ਉਹਨਾਂ ਨੇ ਕੀਤਾ, ਉਹਨਾਂ ਨੇ ਕੀਤਾ
ਅੰਗਰੇਜ਼ਾਂ ਨੇ ਇਹ ਕੀਤਾ ਕਿ ਪੰਜਾਬੀ ਜ਼ੁਬਾਨ ਨੂੰ ਅਤੇ ਇੱਕ ਬੋਲੀ ਕਰਾਰ ਦੇ ਦਿੱਤਾ। ਇਹੀ ਅੰਗਰੇਜ਼ ਫੋਰਟ ਵਿਲੀਅਮ ਕਾਲਜ ਵਿੱਚ ਉਰਦੂ ਦੀ ਸਰਪ੍ਰਸਤੀ ਕਰ ਰਿਹਾ ਸੀ, ਇਸੇ ਅੰਗਰੇਜ਼ ਨੇ ਸਿੰਧ ਵਿੱਚ ਸਿੰਧੀ ਨੂੰ ਫਾਰਸੀ ਨੂੰ ਖਤਮ ਕਰਕੇ ਸਿੰਧੀ ਲਾਗੂ ਕਰਤੀ, ਇਸੇ ਅੰਗਰੇਜ਼ ਨੇ ਬੰਗਾਲ ਵਿੱਚ ਬੰਗਾਲੀ ਆਪਣਾ ਫਾਰਸੀ ਖਤਮ ਕਰਕੇ ਜਿਹੜੀ ਸਰਕਾਰੀ ਜ਼ੁਬਾਨ ਸੀ ਉੱਥੇ ਲਾਗੂ ਕਰ ਦਿੱਤੀ ਬੰਗਾਲੀ। ਪਰ ਪੰਜਾਬ ਵਿੱਚ ਫਾਰਸੀ ਖਤਮ ਕਰਕੇ ਇਹਨਾਂ ਨੇ ਪੰਜਾਬੀ ਬੇਸਿਕਲੀ ਪੰਜਾਬ ਵਿੱਚ ਰਣਜੀਤ ਸਿੰਘ ਦੇ ਵੇਲੇ ਜਾਂ ਅੰਗਰੇਜ਼ਾਂ ਦੇ ਕਬਜ਼ੇ ਵੇਲੇ ਪੰਜਾਬੀ ਮੀਡੀਅਮ ਆਫ ਇੰਸਟਰਕਸ਼ਨ ਸੀ ਅਤੇ ਅੰਗਰੇਜ਼ੀ ਜਿਹੜੀ ਫਾਰਸੀ ਸਰਕਾਰੀ ਜ਼ੁਬਾਨ ਸੀ, ਕਿਸੇ ਨੂੰ ਜ਼ਰੂਰਤ ਹੁੰਦੀ ਸੀ ਤਾਂ ਫਾਰਸੀ ਸਿੱਖ ਲੈਂਦਾ ਸੀ, ਨਹੀਂ ਤਾਂ ਪੰਜਾਬ ਦਾ ਨਿਜ਼ਾਮ ਇਹ ਜਿੰਨਾ ਇਲਾਕਾ ਮੈਂ ਤੁਹਾਨੂੰ ਦੱਸਿਆ ਪਿਸ਼ੌਰ ਤੋਂ ਲੈ ਕੇ ਜਮੁਨਾ ਦੇ ਕੰਢਿਆਂ ਤੱਕ ਅਤੇ ਇੱਧਰ ਸਾਦਕਾਬਾਦ ਤੋਂ ਲੈ ਕੇ ਜੰਮੂ ਕਸ਼ਮੀਰ ਬਲਤਿਸਤਾਨ ਚੀਨ, ਇਹ ਸਾਰਾ ਇਲਾਕਾ ਪੰਜਾਬੀ 'ਚ ਕਮਿਊਨੀਕੇਟ ਕਰਦਾ ਸੀ। ਇਹਨਾਂ ਦਾ ਲਿੰਗੋਆ ਫਰੈਂਕੋਆ ਜਾਂ ਇਹਨਾਂ ਦੀ ਰਾਬਤੇ ਦੀ ਜ਼ੁਬਾਨ ਪੰਜਾਬੀ ਸੀ। ਜਿੱਥੇ ਵੀ ਇਸ ਇਲਾਕੇ ਦਾ ਕੋਈ ਬੰਦਾ ਕਿਸੇ ਇਲਾਕੇ 'ਚ ਗਿਆ ਉਹ ਆਪਸ ਵਿੱਚ ਪੰਜਾਬੀ ਵਰਤਦੇ ਸਨ। ਸੋ ਇਸ ਵਾਸਤੇ ਅੰਗਰੇਜ਼ਾਂ ਨੇ ਇਸ ਦੇ ਖਿਲਾਫ ਇਹ ਕੰਮ ਕੀਤਾ, ਦੂਜੀਆਂ ਜ਼ੁਬਾਨਾਂ ਨੂੰ ਉਹਨਾਂ ਨੇ ਪ੍ਰਮੋਟ ਕੀਤਾ। ਉਹਨੇ ਕਿਹਾ ਜੀ ਜਿਹੜੀ ਇਹ ਜ਼ੁਬਾਨ ਹੈ ਆਪਣਾ ਪੰਜਾਬੀ ਹੈ ਅਤੇ ਬੋਲੀ ਹੈ, ਔਰ ਫਿਰ ਇਹਦੇ ਵਿੱਚ ਲਹਿੰਦੇ ਦਾ ਡਾਇਲੈਕਟ ਦਾ ਅਤੇ ਇਹਦਾ ਆਪਣਾ ਮਾਝੇ ਦਾ ਫਰਕ ਪਾਇਆ, ਇਹਨੂੰ ਕੰਡਮ ਕਰਕੇ ਅਤੇ ਪੰਜਾਬ ਦੀ ਜ਼ੁਬਾਨ ਬਦਲ ਕੇ ਉਰਦੂ ਕਰਤੀ ਅਤੇ ਬਾਕਾਇਦਾ ਉੱਥੋਂ ਮਾਹਰੀਨ ਲਸਾਨੀਆਤ ਮੁਨਸ਼ੀ ਉਰਦੂ ਬੋਲਣ, ਅੰਗਰੇਜ਼ ਅਫਸਰ ਆਪ ਉਰਦੂ ਬੋਲਦੇ ਸਨ, ਇੰਪੋਰਟ ਕਰਕੇ ਪੰਜਾਬ ਦੀ ਜ਼ੁਬਾਨ ਨਸਲੀ ਇਹਨੂੰ ਕਹਿੰਦੇ ਨੇ ਰਿਆਸਤੀ ਨਿਗਰਾਨੀ ਵਿੱਚ ਪੰਜਾਬ ਅਤੇ ਪੰਜਾਬੀਆਂ ਦੀ ਨਸਲੀ ਲਸਾਨੀ ਨਸਲਕੁਸ਼ੀ ਸ਼ੁਰੂ ਹੋਈ ਜਿਹੜੀ ਅੱਜ ਤੱਕ ਚੱਲਦੀ ਹੈ। ਇਹਦੇ ਵਿੱਚ ਇਹ ਹੋਇਆ ਕਿ ਪਾਕਿਸਤਾਨ ਬਣਨ ਤੋਂ ਬਾਅਦ ਤੁਸੀਂ ਜ਼ਰਾ ਅਗਰ ਬੜੇ ਧਿਆਨ ਨਾਲ ਤੱਕੋ ਤਾਂ ਈਸਟ ਇੰਡੀਆ ਨੇ ਈਸਟ ਇੰਡੀਆ ਕੰਪਨੀ ਨੇ ਜੋ ਪਾਲਿਸੀ ਜਾਰੀ ਕੀਤੀ, ਲਾਗੂ ਕੀਤੀ ਪੰਜਾਬ ਦੇ ਉੱਤੇ, ਪਾਕਿਸਤਾਨੀ ਰਿਆਸਤ ਨੇ ਉਹੀ ਪਾਲਿਸੀ ਅਡੋਪਟ ਕੀਤੀ ਹੈ। ਐਜ਼ ਇਟ ਇਜ਼ ਅਡੋਪਟ ਕੀਤੀ ਹੈ ਪੰਜਾਬ ਅਸੈਂਬਲੀ ਵਿੱਚ ਪੰਜਾਬੀ ਜ਼ੁਬਾਨ 'ਤੇ ਤਕਰੀਰ ਕਰਨ ਦੀ ਪਾਬੰਦੀ ਹੈ, ਇਜਾਜ਼ਤ ਲੈਣੀ ਪੈਂਦੀ ਹੈ। ਪੰਜਾਬ ਵਿੱਚ ਉਰਦੂ ਪੰਜਾਬੀ ਮੀਡੀਅਮ ਦਾ ਕੋਈ ਸਕੂਲ ਨਹੀਂ ਹੈਗਾ, ਕੋਈ ਯੂਨੀਵਰਸਿਟੀ ਨਹੀਂ ਹੈਗੀ, ਕੋਈ ਕਾਲਜ ਨਹੀਂ ਹੈਗਾ। ਪੰਜਾਬੀ ਪੰਜਾਬ ਦੀ ਤਾਲੀਮੀ, ਸਰਕਾਰੀ, ਦਫ਼ਤਰੀ, ਅਦਾਲਤੀ, ਪਾਰਲੀਮਾਨੀ ਅਤੇ ਮੀਡੀਆ ਦੀ ਜ਼ੁਬਾਨ ਨਹੀਂ ਹੈਗੀ ਹੈ। ਪੰਜਾਬ ਦੇ ਲੋਕਾਂ ਦੀ ਟੈਕਸਾਂ ਦੀ ਕਮਾਈ ਦੇ ਉੱਤੇ ਉਰਦੂ ਦੀ ਜੋ ਤਰੱਕੀ ਹੋ ਰਹੀ ਹੈ, ਇੱਕ ਪਾਸੇ ਉਰਦੂ, ਦੂਜੇ ਪਾਸੇ ਉਹ ਇੱਕ ਨਾਮ ਨਿਹਾਦ ਸਰਾਇਕੀ ਲਹਿਜਾ ਸਿੰਧ ਆ, ਉਹ ਪੰਜਾਬ 'ਚ ਲਿਆ ਕੇ ਇੰਟਰੋਡਿਊਸ ਕਰਾਤੇ ਨੇ, ਉਹ ਨੀਲੀਆਂ ਜਰਕਾਂ ਪਾ ਕੇ ਰੌਲਾ ਪਾਈ ਫਿਰਦੇ ਨੇ ਕਿ ਪੰਜਾਬ ਸਨ ਅੱਧਾ ਦਿਓ ਅਸੀਂ ਅਤੇ ਪੰਜਾਬੀ ਨਹੀਂ ਹੈਗੀਆਂ। ਹੁਣ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਦੇ ਸਕਦੇ ਹੋ ਜਿਹੜੇ ਹੈ ਨਹੀਂ ਪੰਜਾਬ ਦੇ ਲੋਕ? ਅਤੇ ਇੱਕ ਮਤਲਬ ਮੈਂ ਇੱਕ ਗੱਲ ਕਹਿਣਾ ਚਾਹ ਰਿਹਾ ਕਿ ਇਹ ਜਿਹੜਾ ਸਰਾਇਕੀ ਲਹਿਜਾ ਜਾਂ ਜ਼ੁਬਾਨ ਹੈ ਇਹਦਾ ਪੰਜਾਬ 'ਚ ਕੋਈ ਵਜੂਦ ਨਹੀਂ ਹੈ। ਮੁਲਤਾਨੀ ਆਪਣਾ ਡੇਰਵੀ ਅਤੇ ਰਿਆਸਤੀ ਨੂੰ ਘੜ ਕੇ ਬਣਾ ਕੇ ਇਹਨਾਂ ਨੇ ਪੰਜਾਬ ਦੇ ਉੱਤੇ ਮੁਸੱਲਤ ਕੀਤੀ। ਇਹ ਸਾਰਾ ਯੂਬ ਖਾਨ, ਕੁਦਰਤੁੱਲਾ ਸ਼ਾਹਬ ਅਤੇ ਉਰਦੂ ਵਾਲਿਆਂ ਦੀ ਸਾਜ਼ਿਸ਼ ਸੀ ਜਿਹੜੀ ਪਾਕਿਸਤਾਨ ਬਣਨ ਦੇ ਬਾਅਦ ਹੀ ਸ਼ੁਰੂ ਹੋ ਗਈ ਸੀ। ਜਿਹੜੇ ਅੰਗਰੇਜ਼ ਅਫਸਰ ਆਏ ਇੱਥੇ ਈਸਟ ਇੰਡੀਆ ਕੰਪਨੀ ਦੇ ਨਾਲ, ਉਹਨਾਂ ਨੇ ਪੰਜਾਬੀ ਜ਼ੁਬਾਨ ਦੇ ਖਿਲਾਫ ਬਹੁਤ ਮੁਨਜ਼ਮ ਹੋ ਕੇ ਜਿਹੜੀ ਮੁਹਿੰਮ ਚਲਾਈ, ਉਹਦਾ ਜਿਹੜਾ ਪਰਦਾ ਪਾੜਿਆ ਲਾਈਟਨਰ ਨੇ, ਉਹਨੇ ਇੱਕ ਕਿਤਾਬ ਲਿਖੀ ਇੰਡੀਜੀਨੀਅਸ ਲੈਂਗੁਏਜ ਪੰਜਾਬ ਦੀ ਜ਼ੁਬਾਨ ਦੇ ਬਾਰੇ, ਉਹਦੇ ਵਿੱਚ ਇਹਨੇ ਸਾਰਾ ਦੱਸਿਆ ਕਿ ਪੰਜਾਬੀ ਜ਼ੁਬਾਨ ਨੂੰ ਤੁਸੀਂ ਜੋ ਕੰਮ ਤਰ ਕਰਕੇ ਬਣਾ ਕੇ ਪੇਸ਼ ਕਰ ਰਹੇ ਹੋ, ਇਹਦੇ ਵਿੱਚ ਤਾਲੀਮ ਜਿਹੜੀ ਉਹ ਨਹੀਂ ਦਿੱਤੀ ਜਾ ਸਕਦੀ, ਪੰਜਾਬ ਪਿੱਛੇ ਰਹਿ ਜਾਏਗਾ। ਲੇਕਿਨ ਇਸ ਵਿੱਚ ਸਭ ਤੋਂ ਜਿਹੜਾ ਘਿਨੌਣਾ ਕਿਰਦਾਰ ਹੈਗਾ ਉਹ ਉਸਦਾ ਹੈਗਾ, ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ ਆਪਣਾ ਡੋਨਲਡ ਮੈਕਲਿਓਡ, ਜਿਹਦੇ ਨਾਂ 'ਤੇ ਲਾਹੌਰ ਦਾ ਮੈਕਲਿਓਡ ਰੋਡ ਵੀ ਹੈਗਾ। ਪਹਿਲੇ ਮੈਂ ਉਹ ਬਿਆਨ ਤੁਹਾਨੂੰ ਪੜ੍ਹ ਕੇ ਸੁਣਾਉਣਾ ਜਿਹੜਾ ਆਪਣਾ ਡਬਲਿਊ ਲਾਈਟਨਰ ਨੇ ਲਿਖਿਆ ਆਪਣੀ ਕਿਤਾਬ ਵਿੱਚ, ਜੀ ਡਬਲਿਊ ਲਾਈਟਨਰ, ਹਿਸਟਰੀ ਆਫ ਇੰਡੀਜੀਨੀਅਸ ਐਜੂਕੇਸ਼ਨ ਇਨ ਦੀ ਪੰਜਾਬ, ਪੇਜ 29, ਕੋਟ, ਈਵਨ ਦ ਮੋਸਟ ਐਲੀਮੈਂਟਰੀ ਇੰਸਟਰਕਸ਼ਨ ਇਨ ਦਿਸ ਪ੍ਰੋਵੈਂਸ ਇਨ ਵਟ ਇਜ਼ ਆਫਿਸ਼ਲੀ ਸਟੇਟਡ ਟੂ ਬੀ ਬਾਰਬਰਸ ਡਾਇਲੈਕਟ ਇਜ਼ ਫੁੱਲ ਆਫ ਲੈਸਨਸ ਫਾਰ ਆਵਰ ਐਜੂਕੇਸ਼ਨ ਡਿਪਾਰਟਮੈਂਟ। ਇਹ ਇੱਕ ਅੰਗਰੇਜ਼ ਜਿਹਨੇ ਆਪਣੀ ਰਿਪੋਰਟ ਪੇਸ਼ ਕੀਤੀ ਪੰਜਾਬੀ ਜ਼ੁਬਾਨ ਦੇ ਬਾਰੇ 'ਚ, ਅੰਗਰੇਜ਼ੀ ਸਰਕਾਰ ਦੇ ਕਹਿਣ 'ਤੇ ਉਹ ਵਕਾਲਤ ਕਰ ਰਿਹਾ, ਉਹ ਕੇਸ ਪੇਸ਼ ਕਰ ਰਿਹਾ ਕਿ ਨਹੀਂ ਪੰਜਾਬੀ ਜ਼ੁਬਾਨ ਨੂੰ ਤੁਸੀਂ ਪੰਜਾਬ ਦੀ ਜ਼ੁਬਾਨ ਰਹਿਣ ਦਿਓ ਤਾਂ ਕਿ ਲੋਕਾਂ ਦਾ ਤਾਲੀਮੀ ਸ਼ੋਰ ਵਧੇ ਅਤੇ ਉਹ ਇਹਦੇ 'ਚ ਆਪਣੀ ਪੜ੍ਹਾਈ ਆਰਾਮ ਨਾਲ ਕਰਕੇ ਅਤੇ ਅੱਗੇ ਵੱਧ ਸਕਣ। ਲੇਕਿਨ ਦੂਜੇ ਪਾਸੇ ਜਿਹੜੀ ਈਸਟ ਇੰਡੀਆ ਕੰਪਨੀ ਦੀ ਸਰਕਾਰ ਹੈ ਉਹਦਾ ਮਿਸ਼ਨ ਕੀ ਸੀ, ਉਹ ਕੀ ਕਰ ਰਹੀ ਸੀ? ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜਾ ਪੰਜਾਬ ਦਾ ਲੈਫਟੀਨੈਂਟ ਗਵਰਨਰ ਸਰ ਡੋਨਲਡ ਮੈਕਲਿਓਡ ਨੇ
उन्हें पंजाब का लैफ्टिनेंट गवर्नर बनने तो बाद जो सब तो पहला ऑर्डर इशू किया पंजाबी जुबान के खिलाफ वो ये उर्दू बी मेड फैमिलियर इन द फर्स्ट इंस्टेंस टू द एजुकेटेड क्लासेस एज वुड सर्टनली फॉलो टू द इंटायर बॉडी ऑफ द पीपल टू द इवेंटफुल सुप्रेशन ऑफ इनफीरियर लोकल डायलैक्ट. मतलब उन्हें पंजाबी जुबान को कमतर साबित करने वास्ते हकारत ते नफरत का इजहार करदे हां लिखिया पंजाब दी मतलब पंजाबी जुबान ख़त्म करने लई ते उदा मतलब की सी. वो कह रहा सी कि उदा तर्जमा मैं तुहानू सुना दिना कि पहले रगड़े विच पंजाब दे पढ़े लिखे लोगों नू उर्दू बारे जानकारी दिओ, फिर उन्हां नू वरत के सारे पंजाब नू दी जिहड़ी जुबान है वह उर्दू कर दिओ ते इस घटिया किस्म की मकामी बोली ताकि घटिया किस्म की मकामी बोली उड़क मुक जाए. गल ये वे कि जदों एक रियासत किसी जुबान नू ख़त्म करन ते आवे ते उहदी सरपरस्ती ना रवे ते वह जुबान फिर मरदी है. मैं ये वाकियात बयान किए ने 29 मार्च के हवाले नाल कि असी पंजाबी लैंग्वेज मूवमेंट के प्लेटफॉर्म तो 29 मार्च नू क्यों पंजाब दे विच काला दिहाड़ा या यौमे सियाह मनाने का ऐलान किया है. तो मैं अपना इस मौके पर कुछ होर चीज़ा भी शेयर करांगा कि जिहड़ी ये मूवमेंट चली पंजाबी जुबान के खिलाफ नफरत का प्रचार करन वाली पूरे पंजाब विच मुसलमान पंजाबियों नू अपनी माँ बोली दे खिलाफ नफरत उन्होंने दिलों पैदा करने वाली जो नतीजा यह होया कि पंजाबी पढ़िया लिखिया पंजाबी भी अज इन्ना एहसास कमतरी का शिकार है कि वह पंजाबी नहीं बोलते आपस में अपने घर पंजाबी नहीं बोलते अपने बच्चों नाल किधर महफिल में दो पंजाबी इकट्ठे होण उत्थे नहीं बोलते. हाँ अपने बच्चों नाल पंजाबी उर्दू बोलता है पर अपने नौकर नाल वो की बोलता पंजाबी बोलता. वो फर्क करता कि मतलब ये इजहार है इस गल का कि पंजाबी कमतर घटिया लोगों की जुबान है. ये जो ईस्ट इंडिया कंपनी ने पंजाबी जुबान के खिलाफ ये खिलाफ नफरत फैलाण का मजहबी लिसानी सकाफती लैवल हर पास इन्होंने जो काम किया नतीजा की निकलिया कि रिएक्शन तुसी देखो कि जो पाकिस्तान बन गया बाबा उर्दू उतों इंडिया तो चलते ने इतने आके फतवा ला दें जनाब पंजाबी अपना सॉरी उर्दू जी है मुसलमाना की जुबान है. जमात इस्लामी दे मियाँ तुफैल मोहम्मद साहब फरमाते हैं पंजाबी गालियों की जुबान है. ठीक है जनाब. उस तो बाद अगे तुसी टुरो तो अपना ये पिछले दिन पिछले साल मेरे ख्याल 2016 बीकन हाउस स्कूल सिस्टम्स ने पंजाबी जुबान को बेहुदा जुबान करार दे के दे अपना पाबंदी ला दी. उस तो बाद प्रोफेसर फतेह मोहम्मद मलिक साहब ने उन्होंने कहा जी पंजाब की मादरी जुबान उर्दू है सुनते जाओ करनामे पंजाबियों के जड़े गैर पंजाबी सन. अच्छा उस तो बाद पिछले दिन इस्लामाबाद एक वाकया होया कि एक औरत ने जो पुलिस वाले ने उन्होंने रोकया कि वह मोबाइल फोन पर गल कर रही थी उन्होंने रोकया आलिया ने रोकया तो उन्हें बाहर निकल के पुलिस अफसर की बेइज्जती की तो उन्होंने कहा कि तुसी मेरे नाल बदतमीजी की है बदतहजीबी की है तुसी गंदी जुबान तो बद तहजीब जुबान घटिया जुबान नाल मेरी गल क्यों की है. फिर उसनों हल्लाशेरी दी कराची दे हम टीवी ने बुला के उन्होंने होर मतलब इजहार नफरत किया. ये वो लोग पंजाबी तो इजहार नफरत कर रहे हैं जिन्हों की जुबान पंजाबियों ने अपनी माँ बोली बना ली है. ठीक है. गल इस तरह है कि हुण असी थोड़ा जिहा अपने अंदर जिहड़ी साडी रियासत है उहदे वल भी थोड़ा ध्यान देने. मैं देखना ये चाह रहा शेयर ये करना चाह रहा अपने देखने वाले ते सुनन वाले नू कि जिहड़ी सरकार है पंजाब सरकार ते जिहड़ी वफाकी रियासत है उहदा रवैया पंजाबी जुबान दे नाल की है. पंजाब असैम्बली जिहड़ी वो पहले दिन तो उर्दू नू पंजाब दी जुबान बनाउण लई करारदादां ते रेजोल्यूशनस पास करती रहिंदी है. पंजाब दी वंड दीआं करारदादां पास करती है लेकिन एक काम नहीं जो करती वो ये है कि पंजाबी जुबान नू पंजाब दी जुबान बनाउण वास्ते पंजाबी लैंग्वेज एक्ट मंजूर नहीं करती. पंजाब दी सरकार जिहड़ी पंजाबी लैंग्वेज अथॉरिटी बनाउण नू तैयार नहीं है. पंजाब दी सरकार जिहड़ी उर्दू मीडियम स्कूल ख़त्म करके उन्हां दी जगह पंजाबी मीडियम स्कूल कायम करन वास्ते तैयार नहीं है. पंजाब
ਦੀ ਸਰਕਾਰ ਜਿਹੜੀ ਉਹ ਪੰਜਾਬੀ ਟੈਕਸਟ ਬੁੱਕ ਬੋਰਡ ਬਣਾਉਣ ਵਾਸਤੇ ਤਿਆਰ ਨਹੀਂ ਹੈ, ਪੰਜਾਬ ਦੀ ਸਰਕਾਰ ਜਿਹੜੀ ਉਹ ਪੰਜਾਬੀ ਯੂਨੀਵਰਸਿਟੀ ਬਣਾਉਣ ਵਾਸਤੇ ਤਿਆਰ ਨਹੀਂ ਹੈ। ਸੋ ਇੰਨੀਆਂ ਸਾਰੀਆਂ ਗੱਲਾਂ ਜਦੋਂ ਹੋਣ ਮੌਜੂਦ ਹੋਣ, ਇਹਦਾ ਮਤਲਬ ਹੈ ਰਿਆਸਤ ਤੁਹਾਡੀ ਜ਼ੁਬਾਨ ਦੇ ਖਿਲਾਫ ਹੈ। ਸੂਬਾ ਹਜ਼ਾਰਾ ਪਖਤੂਨਖਵਾ ਵਿੱਚ ਪਸ਼ਤੋ ਹਿੰਦ ਕੋ ਪੜ੍ਹਾਈ ਜਾ ਰਹੀ, ਸਿੰਧ ਵਿੱਚ ਸਿੰਧੀ ਪੜ੍ਹਾਈ ਜਾ ਰਹੀ, ਬਲੋਚਿਸਤਾਨ ਵਿੱਚ ਬਲੋਚੀ ਅਤੇ ਪੰਜਾਬੀ ਪੜ੍ਹਾਈ ਜਾ ਰਹੀ, ਬੰਗਾਲ ਵਿੱਚ ਬੰਗਾਲੀ ਪੜ੍ਹਾਉਣੀ ਸ਼ੁਰੂ ਕਰਤੀ, ਲੇਕਿਨ ਪੰਜਾਬ ਵਿੱਚ ਇਹ ਪੰਜਾਬ ਅਸੈਂਬਲੀ, ਪੰਜਾਬ ਸਰਕਾਰ ਅਤੇ ਜਿਹੜੀ ਰਿਆਸਤ ਅਤੇ ਪੰਜਾਬੀ ਜ਼ੁਬਾਨ ਨੂੰ ਉਹਦਾ ਹੱਕ ਦੇਣ ਤੋਂ 171 ਸਾਲ ਤੋਂ ਇਨਕਾਰੀ ਨੇ। 29 ਮਾਰਚ 1849 ਜਦੋਂ ਈਸਟ ਇੰਡੀਆ ਕੰਪਨੀ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ, ਉਸ ਤੋਂ ਲੈ ਕੇ ਅੱਜ ਤੱਕ 171 ਸਾਲ ਹੋਏ ਨੇ, ਪੰਜਾਬ ਦੀ ਸਰਕਾਰ ਜਿਹੜੀ ਹੈ, ਪਾਕਿਸਤਾਨ ਦੀ ਜਿਹੜੀ ਰਿਆਸਤ ਹੈ, ਉਹ ਪੰਜਾਬੀ ਜ਼ੁਬਾਨ ਨੂੰ ਹੱਕ ਦੇਣ ਤੋਂ ਮੁਕੰਮਲ ਇਨਕਾਰੀ ਹੈ। ਸਾਰਾ ਜ਼ੋਰ ਇਸ 'ਤੇ ਹੈ ਕਿ ਇਸ ਤੋਂ ਪਹਿਲਾਂ ਕਿ ਪੰਜਾਬੀ ਜ਼ੁਬਾਨ ਪੰਜਾਬ ਦੀ ਸਰਕਾਰੀ, ਤਾਲੀਮੀ, ਦਫਤਰੀ ਅਤੇ ਅਦਾਲਤੀ ਜ਼ੁਬਾਨ ਬਣੇ, ਪੰਜਾਬ ਨੂੰ ਟੋਟੇ ਕਰਕੇ ਖਤਮ ਕਰ ਦਿਓ, ਅਤੇ ਤਾਂ ਕਿ ਪੰਜਾਬ 'ਚ ਪੰਜਾਬੀ ਜ਼ੁਬਾਨ ਦਾ ਨਾਂ ਲੈਣ ਵਾਲਾ ਕੋਈ ਨਾ ਰਹੇ। ਸਰਕਾਰ ਨੇ ਇਹ ਇੱਥੋਂ ਹੀ ਵਾਰਦਾਤ ਨਹੀਂ ਪਾਈ ਕਿ ਸਿਰਫ ਪੰਜਾਬੀ ਜ਼ੁਬਾਨ 'ਤੇ ਪਾਬੰਦੀ ਲਾ ਕੇ ਬੈਠੀ ਹੈ। ਡੇ ਵਨ ਤੋਂ, ਪਾਕਿਸਤਾਨ ਬਣਨ ਤੋਂ ਪਹਿਲੇ ਦਿਹਾੜੇ ਤੋਂ, ਵਫਾਕੀ ਹਕੂਮਤ ਨੇ, ਫੈਡਰਲ ਫੈਡਰੇਸ਼ਨ ਨੇ, ਫੈਡਰਲ ਗਵਰਨਮੈਂਟ ਨੇ ਪੰਜਾਬੀ ਜ਼ੁਬਾਨ ਦੇ ਨਾਲ ਬੜਾ ਧਰੋਹ ਕੀਤਾ, ਬੜੇ ਵੱਡੇ ਮਤਲਬ ਕ੍ਰਾਈਮਸ ਅਤੇ ਜੁਰਮ ਕੀਤੇ ਨੇ। ਜਿਸ ਵੇਲੇ ਇਹ ਪੰਜਾਬ ਦੀ ਵੰਡ ਹੋਈ, ਉਸ ਤੋਂ ਪਹਿਲੀ ਮਰਦਮਸ਼ੁਮਾਰੀ ਵਿੱਚ ਪੰਜਾਬ, ਜਿਹੜੀ ਅੰਗਰੇਜ਼ਾਂ ਨੇ ਮਰਦਮਸ਼ੁਮਾਰੀ ਕੀ, ਪੰਜਾਬ 90% ਪੰਜਾਬੀ ਬੋਲਣ ਵਾਲਾ ਇਲਾਕਾ ਸੀ। ਉਸ ਤੋਂ ਬਾਅਦ ਜਿਹੜੀ ਪਹਿਲੀ 1956 'ਚ ਲਿਆਕਤ ਅਲੀ ਖਾਨ ਕਿਹਦੇ ਜ਼ਮਾਨੇ 'ਚ ਮਰਦਮਸ਼ੁਮਾਰੀ, ਅਚਾਨਕ ਉਹਦੇ ਵਿੱਚ ਹਿੰਦ ਕੋ ਵੱਖਰੀ ਜ਼ੁਬਾਨ ਬਣਾਤੀ, ਮਤਲਬ ਪੰਜਾਬੀ ਬੋਲਣ ਵਾਲੇ ਦੀ ਆਬਾਦੀ ਘੱਟ ਗਈ, ਨਾਲ ਜਿੰਨੇ ਵੀ ਪੰਜਾਬੀ ਉਰਦੂ ਬੋਲਦੇ ਸਨ ਉਹਨਾਂ ਦੀ ਜ਼ੁਬਾਨ, ਮਾਦਰੀ ਜ਼ੁਬਾਨ ਉਰਦੂ ਲਿਖ ਦਿੱਤੀ ਗਈ। ਉਸ ਤੋਂ ਅਗਲੀ ਸ਼ੁਮਾਰੀ ਜਿਹੜੀ 1961 ਸੀ, ਉਹਦੇ ਵਿੱਚ ਇੱਕ ਹੋਰ ਪੰਜਾਬੀ ਦਾ ਲਹਿਜਾ, ਇਹ ਜਿਹੜਾ ਸਰਾਇਕੀ, ਇਹ ਸਰਾਇਕੀ ਨਾ ਪੰਜਾਬ ਦਾ ਲਹਿਜਾ ਨਾ ਪੰਜਾਬ ਦੀ ਜ਼ੁਬਾਨ, ਇਹ ਸਿੰਧ ਦਾ ਇੱਕ ਲਹਿਜਾ ਹੈਗਾ। ਇਹਨਾਂ ਨੇ ਸਾਜ਼ਿਸ਼ ਇਹ ਕੀਤੀ ਕਿ ਉਸ ਦਾ ਨਾਂ, ਇਹ ਪਾਕਿਸਤਾਨੀ ਸਰਕਾਰ ਨੇ ਸਾਜ਼ਿਸ਼ ਕੀਤੀ ਅਯੂਬ ਖਾਨ ਦੇ ਜ਼ਮਾਨੇ 'ਚ, ਇਹ ਸਾਜ਼ਿਸ਼ ਸੀ ਜਿਹਨੇ ਪੰਜਾਬ ਦੇ ਆਪਣਾ 3 ਦਰਿਆ ਵੇਚ ਕੇ ਖਾ ਗਏ ਸਨ। ਉਹਨਾਂ ਨੇ ਇਹ ਕਰਤਾ ਕਿ ਇਸ ਜ਼ੁਬਾਨ ਦਾ ਲਹਿਜਾ ਲਿਆ ਕੇ ਪੰਜਾਬ 'ਚ ਇੰਟਰੋਡਿਊਸ ਕਰਾਇਆ ਅਤੇ ਉਸ ਨੂੰ ਸਰਾਇਕੀ ਨੂੰ ਮਰਦਮਸ਼ੁਮਾਰੀ ਦੇ ਖਾਨੇ 'ਚ ਫਿੱਟ ਕਰਤਾ। ਕੀ ਹੋਇਆ ਕਿ ਉਹ ਪੰਜਾਬੀ ਬੋਲਣ ਵਾਲੀ ਆਬਾਦੀ ਹੋਰ 10% ਕੰਮ ਹੋ ਗਈ। ਹੁਣ ਉਸ ਤੋਂ ਬਾਅਦ ਇਹ ਫਰੋਡ ਮਰਦਮਸ਼ੁਮਾਰੀਆਂ ਦੇ ਜ਼ਰੀਏ ਜਿਹੜੀ ਫੈਡਰਲ ਫੈਡਰੇਸ਼ਨ ਹੈਗੀ ਹੈ, ਵਫਾਕ ਹੈਗਾ, ਵਫਾਕੇ ਪਾਕਿਸਤਾਨ, ਉਹ ਪੰਜਾਬੀ ਜਿਹੜੀ 90% ਆਬਾਦੀ ਸੀ ਪੰਜਾਬ ਦੀ ਪਾਰਟੀਸ਼ਨ ਦੇ ਵੇਲੇ, ਉਹ ਘਟਾਉਂਦੀ ਹੁਣ 2008 ਦੀ ਮਰਦਮਸ਼ੁਮਾਰੀ 48% ਤੱਕ ਲੈ ਆਈ ਹੈ। ਸਵਾਲ ਇਹ ਵੇ ਕਿ ਇਹ ਪੰਜਾਬ ਦੀ ਜਿਹੜੀ ਬਾਕੀ ਦੀ 40% ਆਬਾਦੀ ਸੀ, ਉਹਨੂੰ ਮਤਲਬ ਅਸਮਾਨ ਖਾ ਗਿਆ, ਜ਼ਮੀਨ ਨਿਕਲ ਗਈ, ਮਰੀਖ 'ਤੇ ਟੁਰ ਗਏ, ਜਾਂ ਉਹ ਹਿਜਰਤ ਕਰ ਗਏ, ਜਾਂ ਮਰ ਗਏ, ਮਤਲਬ ਹੋਇਆ ਕਿ ਉਹ ਬਾਕੀ ਪੰਜਾਬੀ ਕਿੱਥੇ ਗਏ? ਇਸ ਤੋਂ ਵੱਡਾ ਜ਼ੁਲਮ, ਇਸ ਤੋਂ ਵੱਡੀ ਨਸਲੀ ਲਿਸਾਨੀ ਨਸਲ ਕੁਸ਼ੀ ਦੀ ਮਿਸਾਲ ਤਾਰੀਖ ਇਨਸਾਨੀ 'ਚ ਕਿੱਧਰ ਨਹੀਂ ਮਿਲਦੀ। ਅਸੀਂ ਸਾਹਮਣੇ ਦੇਖ ਰਹੇ ਹਾਂ, ਅੱਖਾਂ ਦੇ ਸਾਹਮਣੇ ਦੇਖ ਰਹੇ ਹਾਂ ਕਿ ਪੰਜਾਬੀ ਜ਼ੁਬਾਨ ਨੂੰ ਖਤਮ ਕਰਨ ਵਾਸਤੇ ਇੱਕ ਰਿਆਸਤ ਐਕਸ਼ਨ 'ਚ ਹੈਗੀ ਹੈ ਪਿਛਲੇ 71 ਸਾਲ ਤੋਂ, ਸੁਣ ਨਹੀਂ ਰਹੀ, ਰੁਕ ਨਹੀਂ ਰਹੀ। ਮਤਲਬ ਅਸੀਂ ਕੀ ਕਰ ਸਕਦੇ ਹਾਂ? ਅਸੀਂ ਇਹ ਤਾਂ ਨਹੀਂ ਕਹਿ ਰਹੇ ਬੰਗਾਲੀਆਂ ਦੀ ਤਰ੍ਹਾਂ ਤੁਸੀਂ ਪਾਕਿਸਤਾਨ ਦੇ ਖਿਲਾਫ਼, ਤਾਂ ਅਸੀਂ ਕੋਈ ਗੱਲ ਨਹੀਂ ਕਰ ਰਹੇ। ਮੈਂ ਤਾਂ ਕਦੀ ਗੱਲ ਨਹੀਂ ਕੀਤੀ, ਨਾ ਕੋਈ ਪੰਜਾਬੀ ਤਹਿਰੀਕ ਦਾ ਬੰਦਾ, ਨਾ ਕੋਈ ਪੰਜਾਬੀ ਕੌਮਪ੍ਰੈਸ, ਨਾ ਕੋਈ ਪੰਜਾਬੀ ਦਾਨਿਸ਼ਵਰ ਲਿਖਾਰੀ, ਨਾ ਕਦੀ ਪਾਕਿਸਤਾਨ ਦੇ ਖਿਲਾਫ਼ ਗੱਲ ਕੀਤੀ। ਅਸੀਂ ਤਾਂ ਬਹੁਤ ਪੁਰਅਮਨ ਤਰੀਕੇ ਨਾਲ ਦੋ ਗੱਲਾਂ ਕਰ ਰਹੇ ਹਾਂ ਕਿ ਪੰਜਾਬ ਨੂੰ ਪੰਜਾਬੀ ਜ਼ੁਬਾਨ ਵਾਪਸ ਕਰੋ, ਮੁਕੰਮਲ ਤੌਰ 'ਤੇ ਪੰਜਾਬ ਨੂੰ ਪੰਜਾਬੀ ਅਲਾਈਜ਼ ਕਰੋ, ਪੰਜਾਬੀ ਮੀਡੀਅਮ ਬਣਾਓ, ਉਰਦੂ ਦਾ ਕੋਈ ਕੰਮ ਨਹੀਂ ਪੰਜਾਬ ਵਿੱਚ, ਉਰਦੂ ਮੀਡੀਅਮ ਮੁਕੰਮਲ ਤੌਰ 'ਤੇ ਖਤਮ ਕਰੋ, ਅਤੇ ਪੰਜਾਬ ਅਸੈਂਬਲੀ ਜਿਹੜੀ ਹੈ, ਇਹ ਪੰਜਾਬ ਦੀਆਂ ਜਿਹੜੀਆਂ ਵੰਡ ਦੀਆਂ ਕਰਾਰਦਾਦਾਂ ਨੇ ਪਾਸ ਕੀਤੀਆਂ ਨੇ, ਇਹ ਵਾਪਸ ਲਵੇ, ਤਾਂ ਕਿ ਪੰਜਾਬੀਆਂ ਨੂੰ ਪਾਕਿਸਤਾਨ ਦੇ ਖਿਲਾਫ਼ ਗੱਲ ਕਰਨ ਦਾ ਬਹਾਨਾ ਨਾ ਮਿਲੇ। ਦੇਖੋ, ਗੱਲ ਸੁਣੋ, ਇਹ ਜੇ ਤੁਸੀਂ ਇਸੇ ਤਰ੍ਹਾਂ ਚਲਾਉਂਦੇ ਰਹੇ ਤਾਂ ਇਹਨੇ ਬੈਕਫਾਇਰ ਕਰਨਾ, ਇਹਦਾ ਰੱਦੇ ਅਮਲ ਹੋਣਾ। ਤੁਸੀਂ ਜਨੂਬੀ ਪੰਜਾਬ ਪੰਜਾਬੀ ਅਕਸਰੀਅਤ ਦੋ, ਤੁਸੀਂ ਉੱਥੇ ਅਕਲੀਅਤ ਬਦਲ ਕਰਕੇ ਅਤੇ ਉਹਨਾਂ ਨੂੰ ਇਲਜ਼ਾਮ ਲਾ ਰਹੇ ਹੋ ਕੋਈ ਕਬਜ਼ਾਗੀਰ ਅਤੇ ਪਨਾਹਗੀਰ ਅਤੇ ਸੈਟਲਰ ਨੇ, ਐਸੀ ਕੋਈ ਗੱਲ ਨਹੀਂ। ਜਨੂਬੀ ਪੰਜਾਬ ਵਿੱਚ ਪੰਜਾਬ ਆਪਣੀ ਪੰਜਾਬੀ ਆਪਣੀ ਧਰਤੀ 'ਤੇ ਬੈਠਾ ਹੈ। ਪਨਾਹਗੀਰ ਉਹ ਪਠਾਣ, ਬਲੋਚ ਉਹ ਅਫਗਾਨੀ, ਸਿੰਧ ਉਹ ਬੰਦਾ ਹੈ ਜਿਹੜਾ ਨੀਲੀ ਅਜਰਕ ਪਾ ਕੇ ਦਾਅਵੇ ਕਰਦਾ ਫਿਰਦਾ ਝੂਠੇ ਕਿ ਮੈਂ ਇਹ ਸਾਨੂੰ ਅੱਧਾ ਪੰਜਾਬ ਦਿਓ। ਐਸੀ ਕੋਈ ਗੱਲ ਨਹੀਂ ਹੈ, ਪੰਜਾਬ ਪੰਜਾਬੀਆਂ ਦਾ ਹੀ ਹੈਗਾ ਅਤੇ ਪੰਜਾਬੀਆਂ ਦਾ ਰਹਿਣਾ। ਇਹ ਗੱਲ ਵੱਖਰੀ ਹੈ ਕਿ ਇਹਦਾ ਰਿਐਕਸ਼ਨ ਹੋਣਾ, ਅਤੇ ਮੁਮਕਿਨ ਹੈ ਕਿ ਲੋਕ ਜਿਹੜੇ ਨਾਰੇ ਮਾਰਦੇ ਫਿਰਦੇ ਨੇ ਪਠਾਣ, ਬਲੋਚ ਅਤੇ ਨੀਲੀ ਅਜਰਕ ਵਾਲੇ, ਸਰਾਇਕੀ, ਪਨਾਹਗੀਰ,
ਇਹ ਹੋ ਸਕਦਾ ਕਿ ਇਹਨਾਂ ਨੂੰ ਪੰਜਾਬ 'ਚੋਂ ਕੱਢਿਆ ਜਾਵੇ। ਚੀਜ਼ਾਂ ਉਸ ਪਾਸੇ ਜਾ ਰਹੀਆਂ ਨੇ। ਜਿਹੜੀ ਮੁੱਢਲੀ ਗੱਲ ਹੈ, ਜਿਹੜਾ ਮੁੱਢਲਾ ਨੁਕਤਾ ਹੈ, ਜਿਹੜਾ ਪੁਆਇੰਟ ਮੈਂ ਮਤਲਬ ਜਿਹੜਾ ਮੈਂ ਜਿਸ 'ਤੇ ਮੈਂ ਫੋਕਸ ਕਰ ਰਿਹਾ, ਇਸ ਤੋਂ ਪਹਿਲੇ ਕਿ ਤੁਸੀਂ ਪੰਜਾਬ ਨੂੰ ਵੰਡੋ, ਪੰਜਾਬੀ ਜ਼ੁਬਾਨ ਨੂੰ ਪੰਜਾਬ ਦੀ ਸਰਕਾਰੀ, ਤਾਲੀਮੀ, ਦਫ਼ਤਰੀ, ਅਦਾਲਤੀ, ਪਾਰਲੀਮਾਨੀ ਜ਼ੁਬਾਨ ਬਣਾ ਦਿਓ। ਦੂਜੀ ਗੱਲ, ਕਿਸੇ ਸਿਆਸੀ ਪਾਰਟੀ ਕੋਲ, ਨੂਨ ਲੀਗ, ਪੀਪਲਸ ਪਾਰਟੀ, ਤਹਿਰੀਕ ਇਨਸਾਫ, ਕਿਸੇ ਕੋਲ ਪੰਜਾਬ ਦੀ ਵੰਡ ਦਾ, ਪੰਜਾਬ ਅਸੈਂਬਲੀ ਕੋਲ, ਸੈਨੇਟ ਆਫ ਪਾਕਿਸਤਾਨ ਕੋਲ, ਨੈਸ਼ਨਲ ਅਸੈਂਬਲੀ ਕੋਲ ਪੰਜਾਬ ਦੀ ਵੰਡ ਦਾ ਮੈਂਡੇਟ ਨਹੀਂ ਹੈ। ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਵੰਡ ਦਾ ਮੈਂਡੇਟ ਕਿਸੇ ਨੂੰ ਨਹੀਂ ਦਿੱਤਾ। ਤੁਸੀਂ ਕੌਣ ਹੈਗੇ ਹੋ ਪੰਜਾਬ ਦੀ ਵੰਡ ਕਰਨ ਵਾਲੇ? ਆਓ ਹਜ਼ਰਾ ਪੰਜਾਬ ਦੇ ਲੋਕਾਂ 'ਚ, ਆਓ ਜ਼ਰਾ ਪੰਜਾਬ ਦੇ ਲੋਕਾਂ ਕੋਲ ਆ ਕੇ ਪੁੱਛੋ ਕਿ ਅਸੀਂ ਪੰਜਾਬ ਨੂੰ ਵੰਡਣਾ ਚਾਹੁੰਦੇ ਹਾਂ, ਵੇਖੋ ਤੁਹਾਡੇ ਨਾਲ ਕੀ ਹੁੰਦਾ। ਜੇ ਨਾ ਤੁਹਾਨੂੰ ਦਰੋਗ ਕੇ ਅਤੇ ਤੁਹਾਨੂੰ ਫਾਹੀਆਂ ਦੇ ਕੇ ਅਤੇ ਗਲੋਂ ਫੜ ਕੇ ਪੰਜਾਬੀਆਂ ਨੇ ਆਪਣੀਆਂ ਪੰਜਾਬ ਦੀਆਂ ਸੜਕਾਂ 'ਤੇ, ਲਾਹੌਰ ਦੀਆਂ ਸੜਕਾਂ 'ਤੇ ਤੁਹਾਨੂੰ ਕਿੱਕਰਾਂ 'ਤੇ ਨਾ ਟੰਗ ਦਿੱਤਾ, ਰੁੱਖਾਂ 'ਤੇ ਨਾ ਟੰਗ ਦਿੱਤਾ, ਅਤੇ ਕਹਿਣਾ ਮੇਰਾ ਨਾਂ ਨਜ਼ੀਰ ਕਹੂਟ ਨਹੀਂ ਸੀ। ਤੁਸੀਂ ਜਿਹੜੇ ਪੰਜਾਬ ਦੀ ਸਲਮੀਅਤ ਨਾਲ ਖੇਡ ਰਹੇ ਹੋ, ਤੁਸੀਂ ਪਾਕਿਸਤਾਨ ਦੀ ਸਲਮੀਅਤ ਨਾਲ ਖੇਡ ਰਹੇ ਹੋ। ਤੁਸੀਂ ਪੰਜਾਬ ਦੇ ਨਾਲ ਨਹੀਂ, ਪਾਕਿਸਤਾਨ ਦੇ ਨਾਲ ਧੋਖਾ ਕਰ ਰਹੇ ਹੋ। ਤੁਸੀਂ ਪੰਜਾਬੀ ਜ਼ੁਬਾਨ ਦਾ ਹੱਕ ਖਾ ਕੇ ਪੰਜਾਬ ਨੂੰ ਵੰਡ ਕੇ ਪਾਕਿਸਤਾਨ ਨੂੰ ਤੋੜਨਾ ਚਾਹੁੰਦੇ ਹੋ। 12 ਕਰੋੜ ਦੀ ਪੰਜਾਬੀ ਅਕਸਰੀਅਤ ਕੋਲੋਂ ਕਿਸੇ ਨੇ ਪੁੱਛਿਆ ਕਿ ਅਸੀਂ ਪੰਜਾਬ ਨੂੰ ਵੰਡਣਾ ਚਾਹੁੰਦੇ ਹਾਂ? ਪੰਜਾਬੀਆਂ ਕੋਲੋਂ ਕਿਸੇ ਨੇ ਪੁੱਛਿਆ ਕਿ ਸਾਡੀ ਤੁਹਾਡੀ ਜ਼ੁਬਾਨ ਉਰਦੂ ਰਹੇ, ਪੰਜਾਬੀ ਨਾ ਹੋਵੇ? ਜਦੋਂ ਬੁੱਲਾ, ਵਾਰਿਸ, ਨਾਨਕ, ਬਾਹੂ, ਖਾਜਾ ਫਰੀਦ, ਬਾਬਾ ਫਰੀਦ, ਨਾਨਕ, ਸੁਲਤਾਨ ਬਾਹੂ, ਸ਼ਾਹ ਹੁਸੈਨ, ਇਹਨਾਂ ਦੀ, ਮੀਆਂ ਮੁਹੰਮਦ ਬਖਸ਼, ਇਹ ਸਾਰਾ ਪੰਜਾਬ ਇਹਨਾਂ ਬਾਬਿਆਂ ਦੀ ਜ਼ੁਬਾਨ ਸਮਝਦਾ, ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਕਿ ਪੰਜਾਬ ਦੀ ਜ਼ੁਬਾਨ ਪੰਜਾਬੀ ਨਹੀਂ ਅਤੇ ਉਰਦੂ ਹੈ, ਅਤੇ ਪੰਜਾਬ ਵਿੱਚ ਕੋਈ ਸੋ ਕਾਲ ਸਰਾਇਕੀ ਜ਼ੁਬਾਨ ਵੀ ਹੈ? ਕੋਈ ਨਹੀਂ। ਅਸੀਂ ਇਹ ਪੰਜਾਬ ਵਿੱਚ ਜਿਹੜਾ ਉਰਦੂ ਮੀਡੀਅਮ ਹੈ ਅਤੇ ਜਿਹੜਾ ਸਰਾਇਕੀ ਦਾ ਫਿਤਨਾ, ਅਸੀਂ ਚਾਹ ਰਹੇ ਹਾਂ ਕਿ ਰਿਆਸਤ, ਪੰਜਾਬੀ ਲੋਕ ਚਾਹ ਰਹੇ ਨੇ, ਪੰਜਾਬੀ ਲੈਂਗੁਏਜ ਮੂਵਮੈਂਟ ਚਾਹ ਰਹੀ ਕਿ ਰਿਆਸਤ ਜਿਹੜੀ ਹੈ, ਪਾਕਿਸਤਾਨੀ ਸਿਆਸੀ ਪਾਰਟੀਆਂ ਇਸ ਤੋਂ ਪਿੱਛੇ ਹਟ ਜਾਣ, ਇੱਥੇ ਰੁਕ ਜਾਓ। ਤੁਸੀਂ ਬਹੁਤ ਜ਼ਿਆਦਤੀ ਕਰ ਲਈ ਹੈ ਪੰਜਾਬ ਦੇ ਨਾਲ। 171 ਸਾਲ ਹੋਏ ਨੇ, ਈਸਟ ਇੰਡੀਆ ਕੰਪਨੀ ਦੀ ਪੋਲਿਸੀ ਬੰਦ ਕਰੋ ਅਤੇ ਪੰਜਾਬ ਨੂੰ ਇਹਦੀ ਪੰਜਾਬੀ ਜ਼ੁਬਾਨ ਵਾਪਸ ਕਰੋ। ਆਖਰ 'ਤੇ ਮੈਂ ਅਰਜ਼ ਕਰਨਾ ਚਾਹ ਰਿਹਾ ਕਿ ਜਿਹੜਾ ਇਹ ਯੋਮੇ ਸਿਆਹ ਜਾਂ ਬਲੈਕ ਡੇ ਜਾਂ ਕਾਲਾ ਦਿਹਾੜਾ ਅਸੀਂ ਪੰਜਾਬ 'ਚ ਮਨਾ ਰਹੇ ਹਾਂ, ਇਹਦੇ ਵਾਸਤੇ ਮੈਂ ਆਪਣੇ ਪੰਜਾਬੀ ਤਨਜ਼ੀਮਾਂ ਜਿਹੜੀਆਂ ਹੈ ਨੇ ਉਹਨਾਂ ਦਾ ਮੈਂ ਇੱਥੇ ਮੈਂ ਨਾਂ ਵੀ ਦੱਸ ਰਿਹਾ ਅਤੇ ਉਹਨਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਸਾਰਿਆਂ ਨੇ ਇਹ ਗੱਲ ਮਹਿਸੂਸ ਕੀਤੀ ਹੈ। ਪੰਜਾਬ ਨੈਸ਼ਨਲ ਮੂਵਮੈਂਟ ਦੇ ਮੇਰੇ ਵੀਰ ਜਿਹੜੇ ਅਮਾਰ ਸ਼ਾਹ ਕਾਜ਼ਮੀ, ਉਹਨਾਂ 'ਤੇ ਬਾਕਾਇਦਾ ਮਾਰਚ ਦੇ ਮਹੀਨੇ ਨੂੰ ਜਬਰ ਅਤੇ ਮਜ਼ਾਹਮਤ ਦਾ ਮਹੀਨਾ ਕਰਾਰ ਦੇ ਕੇ ਉਹਨੂੰ ਮਤਲਬ ਮਨਾ ਰਹੇ ਨੇ। ਪੰਜਾਬ ਨੈਸ਼ਨਲ ਮੂਵਮੈਂਟ, ਉਸ ਤੋਂ ਬਾਅਦ ਪੰਜਾਬ ਲੋਕ ਲਹਿਰ ਸਾਹੀਵਾਲ, ਉਸ ਤੋਂ ਬਾਅਦ ਪੰਜਾਬ ਲੋਕ ਸਾਂਝ, ਪੰਜਾਬ ਸੇਵਕ ਸਾਂਝ ਇਸਲਾਮਾਬਾਦ ਰਾਵਲਪਿੰਡੀ, ਉਸ ਤੋਂ ਬਾਅਦ ਆਪਣਾ ਚੱਜ ਅਦਬੀ ਪਰਿਵਾਰ ਜੰਗ, ਅਤੇ ਵਰਲਡ ਪੰਜਾਬੀ ਫੋਰਮ ਗੁਜਰਾਤ, ਪੰਜਾਬੀ ਲੈਂਗੁਏਜ ਮੂਵਮੈਂਟ ਆਲ ਓਵਰ ਪੰਜਾਬ, ਸਾਡੇ ਜਿੰਨੇ ਹਮਾਇਤੀ ਸਪੋਰਟਰ ਨੇ ਸੋਸ਼ਲ ਮੀਡੀਆ 'ਤੇ ਅਤੇ ਆਨ ਗਰਾਊਂਡ, ਉਹ ਸਾਰੇ ਇਸ ਦਿਨ ਨੂੰ ਪੰਜਾਬੀ ਜ਼ੁਬਾਨ, ਪੰਜਾਬੀ ਲੈਂਗੁਏਜ ਡੇ ਵੀ ਹੈਗਾ ਇਹ 29 ਮਾਰਚ, ਅਤੇ ਇੱਕ ਕਾਲਾ ਦਿਹਾੜਾ ਵੀ ਹੈਗਾ ਪੰਜਾਬੀ ਜ਼ੁਬਾਨ ਦਾ, ਇਹਦੇ ਹੱਕ ਵਾਸਤੇ ਅਸੀਂ ਇੱਕ ਸਾਦਾ ਜਿਹਾ ਕੰਮ ਕਰਨਾ ਕਿ ਸਾਰਿਆਂ ਨੇ ਆਪਣੇ ਆਪਣੇ ਸ਼ਹਿਰ ਦੇ ਉਹਦੇ 'ਚ ਆਪਣਾ ਪ੍ਰੈਸ ਕਲੱਬ ਦੇ ਸਾਹਮਣੇ ਇਕੱਠੇ ਹੋਣਾ। ਅੱਛਾ, ਇਹ ਅਪੀਲ ਮੈਂ ਸਿਰਫ ਇਹ ਤਨਜ਼ੀਮਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਮੇਰੀ ਅਪੀਲ ਸੁਣੀ ਅਤੇ ਇਹਨਾਂ ਨੇ ਕਿਹਾ ਜੀ ਬਿਲਕੁਲ ਇਹ ਜ਼ਿਆਦਤੀ ਹੈ, ਇੱਦਾਂ ਟਾਈਮ ਹੋ ਗਿਆ, ਅਸੀਂ ਇਤਜਾਜ ਕਰਾਂਗੇ। ਮੈਂ ਇਸ ਤੋਂ ਇਲਾਵਾ ਜਿੰਨੀਆਂ ਪੰਜਾਬੀ ਤਨਜ਼ੀਮਾਂ ਲਾਹੌਰ ਅਤੇ ਬਾਕੀ ਦੇ ਪੰਜਾਬ ਦੇ ਸ਼ਹਿਰਾਂ 'ਚ ਨੇ ਉਹਨਾਂ ਨੂੰ ਮੈਂ ਰਿਕੁਐਸਟ ਕਰਾਂਗਾ, ਚਾਹੇ ਉਹ ਅਦਬੀ ਤਨਜ਼ੀਮਾਂ ਨੇ, ਕਲਚਰਲ ਤਨਜ਼ੀਮਾਂ ਨੇ, ਉਹ ਸਾਰੀਆਂ ਉਸ ਦਿਨ 3 ਘੰਟੇ ਵਾਸਤੇ ਇਕੱਠੀਆਂ ਹੋਣ ਅਤੇ ਬਾਹਰ ਨਿਕਲਣ। ਤਰੀਕਾ ਕਾਰ ਕੀ ਹੈਗਾ ਮੈਂ ਤੁਹਾਨੂੰ ਸਮਝਾ ਦਿੰਦਾ, ਮੈਂ ਅਰਜ਼ ਕਰ ਦਿੰਦਾ, ਅਤੇ ਮੈਨੂੰ ਉਮੀਦ ਹੈ ਕਿ ਤੁਸੀਂ 1-2-3 ਘੰਟੇ 29 ਮਾਰਚ ਨੂੰ ਆਪਣੀ ਮਾਂ ਬੋਲੀ ਦੇ ਵਾਸਤੇ ਜ਼ਰੂਰ ਕੱਢ ਕੇ ਸੜਕਾਂ 'ਤੇ ਨਿਕਲੋਗੇ। ਤਰੀਕਾ ਕਾਰ ਇਹ ਹੈਗਾ ਕਿ ਤੁਸੀਂ ਇਹ ਦੇਖ ਰਹੇ ਹੋ ਮੈਂ ਕਾਲਾ ਬੈਂਡ, ਕਾਲੀ ਪੱਟੀ ਬੰਨੀ ਇਤਜਾਜ ਦੇ ਤੌਰ 'ਤੇ, ਤੁਸੀਂ ਕਾਲੀਆਂ ਪੱਟੀਆਂ ਬੰਨੀਆਂ ਨੇ, ਘਰੋਂ ਨਿਕਲਣਾ, ਆਪਣੇ ਸ਼ਹਿਰ ਦੇ ਪ੍ਰੈਸ ਕਲੱਬ ਦੇ ਸਾਹਮਣੇ ਤੁਸੀਂ ਆ ਕੇ ਧਰਨਾ ਦੇ ਕੇ ਬਹਿ ਜਾਣਾ, ਇਤਜਾਜੀ ਰੈਲੀ ਵੀ ਕੱਢ ਸਕਦੇ ਹੋ, ਧਰਨਾ ਦੇ ਕੇ ਬਹਿਣਾ, ਮੀਡੀਆ ਨੇ ਆਉਣਾ, ਤੁਸੀਂ ਮੀਡੀਆ ਨੂੰ ਖਬਰ ਦੇਣੀ ਕਿ ਅਸੀਂ ਇਹ ਦਿਹਾੜਾ ਮਨਾ ਰਹੇ ਹਾਂ ਆਪਣੇ ਸ਼ਹਿਰ ਵਿੱਚ, ਪ੍ਰੈਸ ਰਿਲੀਜ਼ ਦੇਣਾ, ਇਤਜਾਜ ਰਿਕਾਰਡ ਕਰਾਉਣਾ, ਅਤੇ ਪੁਰਅਮਨ ਤਰੀਕੇ ਨਾਲ ਤੁਸੀਂ ਘਰ ਟੁਰ ਜਾਣਾ। ਮੈਂ ਸਮਝਣਾ ਇਹ ਪੰਜਾਬੀ ਜ਼ੁਬਾਨ ਜਿਹੜੀ ਹੈ ਇਹ ਸਾਰਿਆਂ ਦਾ ਮੁਸ਼ਤਰਕਾ ਮਸਲਾ ਹੈ, ਪੰਜਾਬ ਦੇ ਹਰ ਬੰਦੇ ਦਾ, ਹਰ ਪੰਜਾਬੀ ਦਾ ਮੁਸ਼ਤਰਕਾ ਮਸਲਾ ਹੈ, ਕਿਉਂਕਿ ਪੰਜਾਬੀ ਜ਼ੁਬਾਨ ਖਤਰਾਤ ਨਾਲ ਘਿਰ ਚੁੱਕੀ ਹੈ।
मैं तुहानू गल दसना चाह रहा कि पंजाबी जुबान नू पंजाब विच खत्म करके उहदा हक देण तो इनकार करके इहनू खत्म किया जा रहा है। सो असी इहदे खिलाफ़ लड़ना है, इस जुल्म इस जबर के खिलाफ पंजाब ने पंजाबियों ने मज़ाहमत करनी है। असी मैं चाह रहा असी जिन्हें भी दोस्त सारे इकट्ठे हाँ मैं सारे दरखास्त कर रहा तो उन्हों का शुक्र गुजार हाँ जिन्होंने इस तहरीक का साथ दिता है, इस कॉल का साथ दिता है। असी दसना चाह रहे 29 मार्च को कि इनाफ इज़ इनाफ, हद हो चुकी, हुण पंजाबी जुबान नू पंजाब नू अपनी जुबान वापस करो ते पंजाब असैम्बली जिहड़ी पंजाब दी वंड दीआं करारदादां वापस लवे। मैनू आस है कि सारे पंजाबी इस कॉल दे उत्ते इकट्ठे होणगे ते इस दिहाड़े नू देखो तुसीं कश्मीर वास्ते निकलदे हो, यौमे एहतजाज मनांदे हो, काले दिहाड़े यौमे स्याह मनांदे हो, ते इक वारी जे अपनी मां बोली वास्ते निकल लोगे ते कोई मतलब कोई जुलम तो नहीं हो जाएगा ना। ये तो बड़ी मजलूम जुबान है, तुसी सोच सकते हो कि पंजाब विच खड़े हो के लोग इस्लामाबाद खड़े हो के पंजाबी जुबान नू घटिया बद तहजीब तो गंदी जुबान कहन ते तुसी चुप करके बैठे रहो, एहतजाज करोगे निकलोगे बाहर निकलोगे तो फिर पता लगेगा कि हाँ ये भी कोई मसला है पंजाबी का तो इनू हल करना है। मैं तुहाडा बहुत शुक्र गुजार हाँ तुसी मेरिया गल्लां सुनिया, जे कोई मेरे को गलती हुई होवे कोई रह गई होवे गल तो मैं उहदे बारे माफ़ी चाहना। हाँ एक गल जांदियां जांदियां मैं होर गुजारिश करनी सी कि लाहौर च कोई एक कमर्शियल सकाफती अंजुमन है, पंजाबी सकाफती अंजुमन है, कमर्शियल लोग ने एक कोई पंजाबी कल्चर दिहाड़ या पंजाबी पंजाब कल्चर दिहाड़ मना रहे हैं। पंजाबी जुबान तहरीक का तो साढ़िया जिन्हिया पंजाबी तंजीमों का मैं नाँ लिया उन्हों का इस दे नाल कोई तलक नहीं, जो मनाते मनाते रहन। साडा जिहड़ा कल्चरल दिहाड़ हैगा पंजाबी कल्चरल डे जिहड़ा असी 2011 च पहली बारी मनाया तो पंजाब दा हज़ारां साल तो कदीम जमाने तो ये पहली विसाख ही पंजाबी कौम का जिहड़ा कल्चरल दिहाड़ बनता है। ये उत्ते मैं तफसील नाल अगले प्रोग्राम च इंशाल्लाह गल करे सां। असी पहली विसाख नूं ही पूरे पंजाब च मनाउणा है। जिहड़े लोग जिहड़े लोगों ने इहनूं कारोबार बना लिया है, जिहड़े लोग अपने जाती मफाद वास्ते पंजाबी तहरीक नूं वरत रहे ने, मेरी गुजारिश है कि जिहड़े मुखलिस पंजाबी ने इहोजिहां कम्मां कोलों दूर रहन। पंजाब दा कल्चर जिहड़ा है उहदा एक कौमी अहमियत दाला दिंदे पहली विसाख, उहनूं कोई बदल नहीं सकदा। नाल ये आइडिया इन्होंने चोरी किया है, इहनूं हुण एक फ्रेंचाइज बना के जे उहदे उत्ते कारोबार दा व्यापार शुरू हो गया तो मैं इहदे उत्ते अफसोस ही कर सकदा, लेकिन यह है कि असी इहदा पंजाबी कल्चरल डे असी पहली विसाख नूं इंशाल्लाह मनावांगे। तुहाडा बहुत शुक्रिया, तुसां मेरियां गल्लां सुणियां, अपना टाइम दित्ता। मैं तुहाडे कोल इजाजत चाहना, जीवे पंजाब।